सब्सक्राइब कीजिए गोल्डन पिक्चर्स को, बेल आइकॉन का बटन जरूर दबाइए लेटेस्ट वीडियो देखने के लिए। ਵਧੀਆ ਆਪਣੀ ਗੱਲ ਬਾਈ। ਸਿੱਧੂ ਖੇਡਦਾ ਬਾਈ ਬਾਗੜੀ ਨਾਲ, ਉਹਨਾਂ ਦਾ ਮੈਚ ਆ ਕੁਆਟਰ ਭੈਣੀ ਬਾਈਆ ਨਾਲ। ਹੈਲੋ, ਕੈਲਪੁਰ ਦੀ ਟੀਮ ਵੀਰੇ 5 ਮਿੰਟ ਦੇ ਵਿੱਚ ਗਰਾਊਂਡ ਦੇ ਵਿੱਚ ਹੋਵੇ। ਕੈਲਪੁਰ ਦੀ ਟੀਮ ਕੈਲਪੁਰ ਦਾ ਮੈਚ ਹੈਗਾ ਵਾ ਪੁੱਟੀ ਵਾਲੇ ਨਾਲ। ਨਹੀਂ ਬਾਈ, ਜੁੱਪਾ ਉਲਰ ਨਹੀਂ ਆਇਆ। ਨਵੀਂ ਆਓ ਜਲਦੀ ਦੇ ਨਾਲ ਇੱਧਰ ਖਿਡਾਰੀ ਵੀਰ ਮੇਰੇ, ਕੈਲਪੁਰੀਏ ਮੁੰਡੇ ਤੇ ਭੁੱਟੀ ਵਾਲਾ ਆ ਜਾਓ ਵੀਰੇ। ਕੈਲਪੁਰ ਦੇ ਖਿਡਾਰੀ ਜਲਦੀ ਦੇ ਨਾਲ ਗਰਾਊਂਡ ਨੰਬਰ 3 ਦੇ ਵਿੱਚ ਆ ਜਾਣ। ਕੈਲਪੁਰ ਤੇ ਭੁੱਟੀ ਵਾਲੇ ਦੀਆਂ ਟੀਮਾਂ ਜਲਦੀ ਦੇ ਨਾਲ 3 ਨੰਬਰ ਗਰਾਊਂਡ 'ਚ ਆ ਜਾਣ, ਬਿਨਾਂ ਕਿਸੇ ਦੇਰੀ ਦੇ। ਬੇਨਤੀ ਹੈ ਸਾਡੀ, ਭੁੱਟੀ ਵਾਲੇ ਦੀ ਟੀਮ ਗਰਾਊਂਡ 'ਚ, ਕੈਲਪੁਰ ਵਾਲੇ ਮੁੰਡੇ ਆਉਣਗੇ 3 ਨੰਬਰ ਗਰਾਊਂਡ। ਭੈਣੀ ਬਾਈਆ ਦਾ ਮੈਚ ਬਾਈ ਸੁੱਖ ਸਿੱਧੂ ਰਾਜਪਾਲ ਬਾਗੜੀ ਨਾਲ। ਪੁਆਇੰਟ ਦਾ ਵੀਰੇ ਮੇਰੇ ਖਿਆਲ 0-31 ਆ, 0 ਜੰਡ ਵਾਲੇ ਦੀ ਆ, 26। ਜਗਦੀਪ ਸਿੰਘ, ਹਾਂ ਹਾਂ ਬਾਈ, ਨੰਬਰ
ਵੀ ਆਓ ਜਲਦੀ ਨਾਲ ਮੇਰੇ ਟੀਮਾਂ ਦੇ ਖਿਡਾਰੀ, ਬੇਨਤੀ ਹੈ ਮੇਰੀ, ਕੈਲਪੁਰ ਦੀ ਟੀਮ ਆ ਜੇ, ਭੁੱਟੀ ਵਾਲੇ ਦੀ ਟੀਮ ਗਰਾਊਂਡ ਜਾ, ਮੁੰਡੇ ਕੈਲਪੁਰ ਵਾਲੇ ਜਲਦੀ ਦੇ ਨਾਲ ਗਰਾਊਂਡ ਨੰਬਰ 3 ਜਾ ਜਾਣ। ਬਹੁਤ ਰੈਸਕੇ ਟਰਾਫੀ ਦਾ ਬਹੁਤ ਵੱਡਾ ਕਹਿੰਦੇ ਧੰਨਵਾਦ, ਬੜਾ ਪਿਆਰ ਹੈ ਵੀਰਾਂ ਦਾ ਅਰਸਾਲ, ਵੱਡੀ ਕਹਿੰਦੇ ਗੱਲਬਾਤ ਹੁੰਦੀ ਹੈ ਭੈਣੀ ਸਾਹਿਬ ਦੀ ਧਰਤੀ ਤੇ ਕੋਈ ਵੀ ਮੇਲਾ ਹੋਵੇ, ਐਸਕੇ ਟਰਾਫੀ ਵਾਲੇ ਵੀਰਾਂ ਦਾ ਵੀ ਵੱਡਾ ਜਿਹੜਾ ਯੋਗਦਾਨ ਹੁੰਦਾ ਹੈ। ਬਹੁਤ ਵਧੀਆ ਸ਼ਾਨਦਾਰ ਕੱਪ ਜਿਹੜੇ ਵੀਰਾਂ ਨੇ ਤਿਆਰ ਕੀਤੇ ਆ, ਬਹੁਤ ਬਹੁਤ ਧੰਨਵਾਦ ਸਿੱਧੂ ਭਾਈ ਰਾਜਪਾਲ ਵਾਗੜੀ, ਐਸਕੇ ਟਰਾਫੀ ਵਾਲੇ ਸਾਡੇ ਬੜੇ ਸਤਿਕਾਰਯੋਗ ਵੀਰਾਂ ਦਾ ਲਵਪ੍ਰੀਤ ਆਇਆ ਹੋਇਆ ਮੇਰੇ ਮਿੱਤਰੋ, ਢੁੱਟੀ ਵਾਲਾ ਪਿੰਡ ਹੈ ਵੀਰ ਸਾਡੇ ਦਾ, ਬਾਹਰ ਬਾਇਰ ਕੰਪਨੀ ਆ ਤੇ ਅੜੀਅਲ ਗੁੱਡੀ ਗੁੱਲੀ ਡੰਡੇ ਦਾ ਵੀਰ ਕਹਿੰਦਾ ਹੱਲ ਕਰਨਾ ਆਪਾਂ, ਮੋਬੀ ਦੀ ਦਵਾਈ ਕੱਢਦੀ ਹੈ ਨਵੀਂ, ਜਿਹੜੇ ਜਿਹੜੇ ਵੀਰ ਸੰਪਰਕ ਕਰਨਾ ਚਾਹੁੰਦੇ ਆ ਲਾਪਰੀ ਅੜੀਅਲ ਕਹਿੰਦੇ ਗੁੱਲੀ ਡੰਡੇ ਵੀਰ ਸੰਪਰਕ ਕਰ ਸਕਦੇ ਨੇ ਨਾਲ, ਕੈਲਪੁਰ ਦੀ ਟੀਮ ਕਿਉਂ ਨੀ ਆ ਰਹੀ ਵੀਰੇ ਜੱਤੀ, 5 ਮਿੰਟ ਦਾ ਟਾਈਮ ਹੁਣ ਕੈਲਪੁਰੀਏ ਨੋਟ ਕਰ ਲਓ ਜੀ, 5 ਮਿੰਟ ਦਾ ਇੰਤਜ਼ਾਰ ਆ, ਮੁੰਡੇ ਕੈਲਪੁਰ ਵਾਲੇ ਨੋਟ ਰੱਖ ਲੈਣ, ਭੈਣੀ ਬਾਈਏ ਦੀ ਟੀਮ ਵੀ ਆਵੇ ਜਲਦੀ ਦੇ ਨਾਲ, ਉਹਨਾਂ ਦਾ ਮੈਚ ਖੇਡਿਆ ਜਾਣਾ ਪਨਿਹਾਰੀ ਬਾਗੜੀ ਦੀ ਟੀਮ ਦੇ ਨਾਲ, ਹਰਿਆਣੇ ਵਾਲੇ ਟੀਮ ਕਹਿੰਦੇ ਪਨਿਹਾਰੀ ਪਿੰਡ ਦੀ ਆ ਤੇ ਦੂਜੇ ਪਾਸੇ ਪਜੇਟਾ ਪਿੰਡ ਆ ਕਹਿੰਦੇ ਮੁੰਡਿਆਂ ਦਾ, ਹਾਂ ਮੁੰਡਾ ਨੰਬਰਦਾਰਾਂ ਦਾ ਸੁੱਖੂ ਹੈ, ਜਿਹੜੀ ਜੋੜ ਦਿੱਤੀ ਹੈ ਵੱਡਾ ਕੱਠ ਹੈ ਕਹਿੰਦੇ ਚਾਰ ਦੁਨੀਆਂ ਤੱਕ ਰਹੀ ਆ, ਨਜ਼ਾਰਾ ਵੱਖਰਾ ਬੱਝਾ ਹੋਇਆ, ਹਰਿਆਣੇ ਵਾਲਾ ਸ਼ਾਲੂ ਖੇਡਦਾ ਸੈਂਟਰ ਦੇ ਵਿੱਚ, ਸਾਈਡਾਂ ਚੇਂਜ ਹੈ, ਫਾਸੀਆਂ ਬੇਟ ਦਾ ਬੜੀ ਕਮਾਲ ਦੀ ਸਫਲਤਾ ਦੇ ਵਾਧੇ ਆਪਣੀ ਟੀਮ ਲਈ ਕਰ ਗਿਆ, ਦੂਜੇ ਪਾਸੇ ਮਿੱਠੂ ਬਣ ਗਿਆ ਮੁੰਡੇ ਤੇ ਨਾਲ ਗੁਰੂ ਸਰ ਯੋਧਾ ਵਾਲਾ ਕਹਿੰਦੇ ਲਾਡੀ ਖੇਡ ਰਿਹਾ, ਨਾਲ ਕਮਲ ਮਸ਼ਹੂਰ ਕਰ ਦਿੱਤਾ ਕਹਿੰਦੇ ਸੋਧੀ ਜਿਹੜੇ ਕਹਿੰਦੇ ਚਰਚੇ ਰਹੇ ਨਾ ਗਰਾਊਂਡਾਂ ਚ, ਬੜਾ ਤਗੜਾ ਖਿਡਾਰੀ ਰਿਹਾ ਖੇਡ ਵਾਲੀਬਾਲ ਦਾ, ਪਜੇਟਾ ਪਿੰਡ ਸੋਧੀ ਵਰਗਿਆਂ ਨੇ ਮਸ਼ਹੂਰ ਕੀਤਾ, 1 ਨੰਬਰ ਗਰਾਊਂਡ ਦੀਆਂ ਸਾਈਡਾਂ ਚੇਂਜ ਨੇ, ਪਨਿਹਾਰੀ ਬਾਗੜੀ ਦੀ ਟੀਮ ਪਟਿਆਲਾ ਬਾਗੜੀ ਤੇ ਭੈਣੀ ਬਾਈ ਦੇ ਖਿਡਾਰੀ ਗਰਾਊਂਡ ਦੇ ਨੇੜੇ ਆ ਜਾਣ, 3 ਨੰਬਰ ਦਾ ਦੋਵੇਂ ਟੀਮਾਂ ਆ ਗਈਆਂ ਗਰਾਊਂਡ ਚ, ਕੈਲਪੁਰ ਵਾਲੇ ਵੀ ਆ ਗਏ, ਚੰਗਾ ਲੱਗਦਾ ਬਾਈ ਰਹਿਣ ਤੋਂ ਦੇਖਣ ਨੂੰ, ਗਲਤ ਨਾ ਬੋਲੋ ਬਾਈ, ਜਲਦੀ ਨਾਲ ਭਰਾ ਵੜ ਕੇ ਭੈਣਾਂ ਵੀ ਦੇਖਦੀਆਂ ਘਰ ਬੈਠੀਆਂ, ਤੂੰ ਰਹਿਣ ਤੋਂ ਬਾਈ ਗਲਤ ਨਾ ਬੋਲੋ ਬਾਈ, ਨੋਟ ਵਰੀ ਇੱਕ ਪਾਸੇ ਮੁੰਡੇ ਜੰਡ ਵਾਲੇ ਪਿੰਡ ਦੇ, ਆਹ ਲਾਡੀ ਕਦੇ ਟਰਾਈ ਕਰਦਾ ਬਾਈ, ਜੰਡ ਵਾਲੇ ਦਾ ਤੇ ਫਰੋਸ਼ਾ ਵੀ ਦਾ ਚੱਲਦਾ ਮੈਚ, ਤੂੰ ਆਇਆ ਹਾਂਜੀ ਬਾਈ, ਸੁਨੀਲ ਕੰਬੋਜ ਬਿਲਕੁਲ ਆਇਆ, ਕਹਿੰਦੇ ਗੁਰੂ ਸਰੀ ਹੁੰਦਾ ਪਿੰਡ ਆ ਲਾਡੀ ਦਾ, ਰਾਜਪਾਲ ਵਾਗੜੀ ਨਾਲ ਖੇਡ ਰਿਹਾ ਸਿੱਧੂ ਵੀ, ਹੁੰਦਾ ਕਹਿੰਦੇ ਸ੍ਰੀ ਮੁਕਤਸਰ ਸਾਹਿਬ ਦੇ ਏਰੀਏ ਦਾ, ਹੁੰਦਾ ਮਲੋੜ ਦੇ ਏਰੀਏ ਦਾ, ਅਬੋਹਰ ਦੇ ਲਾਗੇ ਕਰਕੇ ਪਿੰਡ ਆ ਪੱਕੀ ਟਿੱਬੀ, ਮਲੂਕਪੁਰ ਦੇ ਚਰਚੇ ਆ, ਇਹ ਆ ਲਾਡੀ, ਉਧਰ ਸਾਡਾ ਅਜਲਾ ਬਾਈ ਸ਼ਾਲੂ ਦਾ ਹੈਗਾ ਜੀ, ਸੰਦੀਪ ਰਾਣਾ 365 ਹੈ ਜੀ, 200 ਰੁਪਇਆ ਖੰਨਾ ਵਾਲੇ ਵੱਲ ਜੁੜੇ ਹੋਏ ਹਾਂ ਜੀ, ਪੌਂਦਾ ਕਰਦਾ ਵੀਰ ਸਾਡਾ ਰਵਿੰਦਰ ਅਮਨ ਖੁੱਖੂ ਆਇਆ ਜੀ, ਖੇਡੀ ਜਾਂਦਾ 365 ਡਾਊਨ ਤੇ, ਲੈ ਵੀ ਲਾਡੀ ਤੇਰੇ ਲਈ 265 ਖੰਨੇ ਤੇ ਖੇਡਦਾ, ਉਹ ਮੇਰੇ ਕੋਲੇ ਪੈਸੇ ਤੇਰੇ ਲਈ ਆ ਗਏ, ਮਨੀ ਚੱਕ ਮਾਫੀ ਦਾ ਪੇ ਆ ਜਿਹੜਾ ਧੰਨਵਾਦ, ਪਹਿਲਾਂ ਗੱਗੂ ਦੇ ਵੀ ਮਾਣ ਭਰਾ ਸਾਡੇ ਨੇ ਕੀਤੇ ਨੇ, 3 ਨੰਬਰ ਦਾ ਮੈਚ ਕਿਉਂ ਨਹੀਂ ਚੱਲਦਾ ਰੈਫਰੀ ਗੋਲਡੀ ਬਾਹਰ ਵਿਸਲ ਵੀਰੇ ਮੈਚ ਚਲਾਓ 3 ਨੰਬਰ ਦੇ, ਹਾਂ ਬਾਈ ਜੀ ਆਇਆ ਸਿੱਧੂ ਜ਼ਰੂਰ, ਨਹੀਂ ਬਾਈ ਜੀ ਗੱਲ ਮੇਰੀ ਗੋਪਾ ਨੀ ਆਈ,
ਦੋਵੇਂ ਟੀਮਾਂ ਆ ਜਾਣ ਜਿਹੜੇ ਰਹਿ ਗਏ ਖਿਡਾਰੀ। ਹਾਂਜੀ ਵਕੀਲ ਆਇਆ ਪਰ ਖੇਡਿਆ ਨਹੀਂ ਗਿਆ ਜੀ, ਉਹ ਫਿਰਦਾ ਇੱਥੇ ਬਾਈ ਜੀ ਦਾ ਮੈਚ ਹੈ। ਦੋ ਨੰਬਰ ਗਰਾਊਂਡ 'ਚ ਵੀ ਇੱਕ ਪਾਸੇ ਜੰਡ ਵਾਲੇ ਦੀ ਟੀਮ ਹੈ ਤੇ ਸਟੇਜ ਦੇ ਸਾਹਮਣੇ ਗੁਰਦੀਪ ਗਿੱਲ ਮੇਜਰ ਬਰਾੜ ਕਲੱਬ ਫਿਰੋਜ਼ਸ਼ਾਹ ਦੀ ਕਹਿੰਦੇ ਬੀ ਟੀਮ ਖੇਡਦੀ ਹੈ। ਸੈਂਟਰ 'ਚ ਗੌਰਵ ਹੈ ਮੁੰਡਾ ਫਿਰੋਜ਼ਸ਼ਾਹ ਦੀ ਧਰਤੀ ਦਾ ਤੇ ਨਾਲ ਫੇਰੂ ਸ਼ਹਿਰੀਆ ਵੱਜਦਾ ਯਾਰ ਖੇਡ ਵਾਲੀਬਾਲ ਦਾ। ਉੱਧਰ ਗੁਰੂ ਸਰੀਆ ਕਹਿੰਦੇ ਲਾਡੀ ਪੁਆਈ ਆਉਂਦਾ ਭੂਤ ਭੰਗੜੇ ਇਹ ਆ ਲਾਡੀ ਗੁਰੂ ਸਰ ਵਾਲਾ ਤੇ ਰਵਿੰਦਰ ਬਾਈ ਸਾਡਾ ਅਗਲਾ 200 ਹੋਰ ਦੇ ਗਿਆ ਗੁਰੂ ਸਰ ਵਾਲੇ ਲਾਡੀ ਦੇ ਲਈ। ਉਧਰ ਜਿੰਨੀਆਂ ਬਾਲਾਂ ਲਾਡੀ ਸੁੱਖੇ ਦੇ ਮਾਰਦਾ ਉਹਦੇ 200 ਦੇ ਮਾਨ ਰਵਿੰਦਰ ਔਜਲਾ ਬਾਈ ਸਾਡਾ ਆਇਆ ਹੋਇਆ ਪੰਜਾਬ ਫੇਰੀ ਤੇ ਮੁੰਡਾ ਪ੍ਰਤਾਪ ਗੜੀਆ ਕਹਿੰਦਾ ਉਹਨੇ 200 ਦੇ ਮਾਨ ਲਾਡੀ ਲਈ ਦੇਣੇ ਆਪਾਂ ਗੱਡਿਆ ਵਿਚਾਲੇ ਨੈਟ ਪਾਈਆਂ ਨੇ ਦੋ ਵੱਡੀਆਂ ਬਾਹਰ ਬੈਠੇ ਲੋਕੀ ਹੁਣ ਗੱਲਾਂ ਕਰਦੇ ਆ ਟੀਮਾਂ ਦੋਵੇਂ ਚੰਗੀਆਂ ਕੌਣ ਮਾਰੂ ਬਾਲਾਂ ਕਰੂਗਾ ਡਿਫੈਂਸ ਹੁਣ ਡਿੱਗ ਡਿੱਗ ਕੇ ਪਰ ਜਿਹਦਿਆਂ ਗੁੱਟਾਂ ਦੇ ਵਿੱਚ ਜ਼ੋਰ ਮਿੱਤਰੋ ਉਹਨੇ ਜਾਣਾ ਜਿੱਤ ਕੇ ਆਓ ਜਿਹਦਿਆਂ ਗੁੱਟਾਂ ਦੇ ਵਿੱਚ ਜ਼ੋਰ ਮਿੱਤਰੋ ਉਹਨੇ ਜਾਣਾ ਜਿੱਤ ਕੇ ਕੌਣ ਜਿੱਤਦਾ ਇੰਨਾ ਵੇਲਾ ਜ਼ੋਰ ਜਿਹੜੇ ਉਹ ਪਰਚੇ ਵਾਲੇ ਅੱਜ ਧਰਤੀ ਦੇ ਉੱਪਰ ਗੱਲਾਂ ਲੱਗਣੀਆਂ ਟਿਕਾਣੇ। ਇੱਕ ਨੰਬਰ 'ਚ ਵੀ ਵੱਡੀਆਂ ਟੀਮਾਂ ਭਿੜ ਰਹੀਆਂ ਤੇ ਦੋ ਨੰਬਰ 'ਚ ਵੀ ਮੁਕਾਬਲਾ ਕੁਆਟਰ ਕਹਿੰਦੇ ਪਿਆਰ ਵਰ ਗਿਆ ਕਹਿੰਦੇ ਰੈਂਕੂ ਆਇਆ ਹੋਇਆ ਲੱਭਾ ਗਲਤੀ ਕਰ ਗਿਆ ਬਾਲ ਜਿਹੜੀ ਆਉਂਦਾ ਜੱਟ ਵਾਲੇ ਦੇ ਖਾਤੇ ਜੁੜ ਗਈ ਹੈ। ਤਿੰਨ ਨੰਬਰ ਦਾ ਮਨਵੀਰ ਬਾਈ ਬੈਚ ਚਲਾਈਏ ਆਪਾਂ ਜਲਦੀ ਤਿੰਨ ਆ ਜੀ ਇੱਧਰ ਕੈਮਰੇ ਦੇ ਬਿਲਕੁਲ ਸਾਹਮਣੇ ਤਿੰਨ ਪੁਆਇੰਟ ਬਾਈ ਜੀ ਆਓ ਜਲਦੀ ਨਾਲ ਮੈਚ ਦੀ ਸ਼ੁਰੂਆਤ ਕਰੀਏ। ਲੈ ਵੀ ਕਿੰਨੇ ਕਿੰਨੇ ਪੁਆਇੰਟ ਇੱਧਰ ਪੁੱਛੀ ਮੇਰੇ ਦੋ ਨੰਬਰ ਦੇ ਵੀ ਤਿੰਨ ਪੁਆਇੰਟ ਕੈਮਰੇ ਸਾਹਮਣੇ ਜੰਡ ਵਾਲਾ ਉੱਧਰ ਫਿਰੋਜ਼ਸ਼ਾਹ ਵੀ ਇੱਧਰ ਜੰਡ ਵਾਲਾ ਵੱਡੀਆਂ ਗੱਲਾਂ ਬਾਤਾਂ ਹੋਈਆਂ ਪਈਆਂ ਟਾਪ ਦੇ ਮੈਚ ਚੱਲੀ ਜਾਂਦੇ ਭੈਣੀ ਸਾਹਿਬ ਜੱਜ ਸਾਰੇ ਨੈਟਾਂ ਦੇ। ਲੈ ਵੀ ਪ੍ਰਿੰਸ ਪੁੱਛੀ ਕਿੰਨੇ ਕਿੰਨੇ ਨੰਬਰ ਨੇ ਉਧਰ ਵੀ ਇੱਕ ਨੰਬਰ ਦੇ ਪੁਆਇੰਟ ਵੀ ਜ਼ਰੂਰ ਦੱਸਾਂਗੇ ਕਿੰਨੇ ਪੁੱਛੀ ਕਿੰਨੇ ਕਿੰਨੇ ਪੁਆਇੰਟ ਇੱਕ ਨੰਬਰ ਦੇ। ਇੱਕ ਪਾਸੇ ਭਨਿਆਰੀ ਦੀ ਟੀਮ ਆ ਥੱਪਣ ਵਾਹ ਮੁੰਡੇ ਨਹੀਂ ਉੜੀਸਾ ਬੜੀ ਤਗੜੀ ਸਫਲਤਾ ਦੇ ਵਾਧੇ ਸੁੱਖੇ ਨੇ ਕਹਿੰਦੇ ਆਪਣੀ ਟੀਮ ਲਈ ਕਰਦੇ ਆ। ਬੜਾ ਤੜਾ ਮੈਚ ਆ ਵੀਰੇ ਜੰਡ ਵਾਲਾ ਤੇ ਫਿਰੋਜ਼ਸ਼ਾਹ ਵੀ ਗੁਰਦੀਪ ਗਿੱਲ ਦੇ ਚਹੇਤੇ ਜਤਿੰਦਰ ਗਰੇਵਾਲ ਦੋਨੋਂ ਖੜਦੇ ਬਹੁਤ ਧੰਨਵਾਦ ਬਾਈ ਮਿਹਰਬਾਨੀ। ਉਧਰ ਗਿਆ ਦੇ ਪਛਾਣੋ ਸਾਡਾ ਵੀਰ ਕਹਿੰਦਾ ਲਾਡੀ ਸੁਨੀਲ ਵਧੀਆ ਵਧੀਆ ਵੀਰੇ ਬਾਲ ਮਾਰਦਾ ਤੇ 200 ਦੇ ਮਾਨ ਸਨਮਾਨ ਹੋਣਗੇ। ਇੱਧਰ ਰਵਿੰਦਰ ਔਜਲਾ ਬਾਈ ਸਾਡਾ ਪ੍ਰਤਾਪ ਗੜੀਆ ਵੱਡੇ ਮਾਨ ਕਰਦਾ ਗੁਰੂ ਸਰੀ ਲਾਡੀ ਦੇ ਲਈ ਵੱਡੇ ਮਾਨ ਪਿਆਰ ਭੇਜ ਰਿਹਾ ਵੀਰ ਸਾਡਾ ਮੈਂ ਤੇ ਧੰਨਵਾਦ ਕਰਦਾ ਵੀ ਗੱਲ ਸੱਚੀ ਸੱਚਿਆਂ ਦੀ ਆਓ ਦੱਬ ਕੇ ਵਾਹੀਏ ਰੱਜ ਕੇ ਖਾਈਏ
ਥੋੜਾ ਖਾ ਪੀ ਖਰਚ। ਹਾਂਜੀ ਹਾਂਜੀ ਸਿਕੰਦਰ ਸਿੰਘ ਵਧੀਆ ਵਧੀਆ ਸਿਕੰਦਰ ਭਾਈ ਕਰਿਓ ਕਰਿਓ ਸ਼ੇਅਰ ਕਰਿਓ ਭਰਾ ਖਿੱਚ ਕੇ ਸਾਰੇ ਜਣੇ ਕੁਆਟਰ ਫਾਈਨਲ ਮੈਚ ਉਧਰ ਫਰੋਜ਼ਾ ਵੀ ਚੰਦ ਬਾਜਲਾ ਕਿੰਦਾ ਵੱਡਾ ਮੈਚ ਆ ਪੂਰਾ ਅੱਜ ਦਾ ਟੌਪ ਮੈਚ ਆ ਆਓ ਭਾਵੇਂ ਬੂਟ ਪਾਲਿਸ਼ ਕਰੀਏ ਲੱਗਣ ਦਾ ਬਾਬਾ ਤੇ ਨੱਥੂ ਵਾਲੀਆ ਤਰਸੇਮ ਪਾਣੀ ਦੀ ਬਹੁਤ ਵੱਡੀ ਸੇਵਾ ਕਰ ਰਹੇ ਵੀਰ ਸਾਡੇ ਬਹੁਤ ਬੜਾ ਧੰਨਵਾਦ ਇਕੱਲੇ ਇਕੱਲੇ ਵੀਰ ਭਰਾ ਕੋਲੇ ਜਿਹੜਾ ਪਾਣੀ ਪਹੁੰਚਾ ਰਿਹਾ ਇੱਕ ਭੈਣੀ ਬਾਈ ਇਹਦਾ ਤੇ ਪਾਗੜੀ ਭਨਿਆਰੀ ਦਾ ਹੋਰ ਚਾਰ ਚਾਰ ਜਣ ਟੀਮਾਂ ਵੀਰੇ ਚਾਰ ਨੰਬਰ ਗਰਾਊਂਡ ਜਾਓ ਜੀ ਭੈਣੀ ਬਾਈ ਦੀ ਟੀਮ ਤੇ ਭਨਿਆਰੀ ਬਾਗੜੀ ਦੇ ਖਿਡਾਰੀ ਜਿਹੜੇ ਚਾਰ ਨੰਬਰ ਗਰਾਊਂਡ 'ਚ ਆ ਜਾਣ ਜਲਦੀ ਨਾਲ ਭਰਾ ਮੇਰੇ ਵੀਰ ਕਹਿੰਦੇ ਗਰਾਊਂਡ ਨਹੀਂ ਕੋਈ ਵਿਹਲਾ ਰੱਖਣਾ ਭਨਿਆਰੀ ਬਾਗੜੀ ਦੀ ਟੀਮ ਤੇ ਭੈਣੀ ਬਾਈਆ ਇਹਦੇ ਟੀਮਾਂ ਆਓ ਜੀ ਚਾਰ ਨੰਬਰ ਗਰਾਊਂਡ 'ਚ ਬਹਿਣਾ ਕਿਸੇ ਦੇਰੀ ਦੇ ਪੰਜ ਮਿੰਟ ਦਾ ਟਾਈਮ ਹੈ ਦੋਵੇਂ ਟੀਮਾਂ ਨੋਟ ਕਰ ਲੈਣ ਉਹ ਭੱਲੇ ਭੱਲੇ ਤੱਕ ਟੀਮਾਂ ਆ ਜਾਣ ਫਿਰ ਕੋਈ ਇਤਰਾਜ਼ ਨਾ ਕਰੇ ਬੇਨਤੀ ਆ ਭੈਣੀ ਬਾਈਆ ਤੇ ਭਨਿਆਰੀ ਬਾਗੜੀ ਦੇ ਖਿਡਾਰੀ ਜਿਹੜੇ ਚਾਰ ਨੰਬਰ ਗਰਾਊਂਡ 'ਚ ਆ ਜਾਣ ਬਿਨਾਂ ਕਿਸੇ ਦੇਰੀ ਦੇ ਇਹ ਟੀਮਾਂ ਜਲਦੀ ਆਉਣਗੀਆਂ ਮੁਕਾਬਲੇ ਕੁਆਟਰ ਨੇ ਆਹ ਸ਼ਾਮਾਂ ਢਲਣ ਤੇ ਆਈਆਂ ਕੀਰੇ ਲੈਣੀਆਂ ਵਧਾਈਆਂ ਮੈਚ ਸੈਮੀ ਖੇਡਣ ਦੇ ਲਈ ਟੀਮਾਂ ਕਰਨ ਚੜਾਈਆਂ ਵਧੀਆ ਵਧੀਆ ਦੀਪ ਰਾਜਪੂਤ ਵੱਡੀਆਂ ਸਪੋਰਟਾਂ ਭੇਜੀਆਂ ਦੀਪ ਰਾਜਪੂਤ ਨੇ ਬਹੁਤ ਬਹੁਤ ਧੰਨਵਾਦ ਦੀਪ ਖੈਜੋ ਕੰਮ ਨੂੰ ਇਸੇ ਤਰ੍ਹਾਂ ਦੀਪ ਰਾਜਪੂਤ ਵੱਡੀ ਸਪੋਰਟ ਭੇਜੀ ਭਰਾ ਨੇ ਸਾਰਾ ਛੱਡ ਮਿੱਤਰਾ ਕੰਮ ਕਰ ਛੱਡਿਆ ਦੁਨੀਆ ਨੇ ਰਮਾ ਧਾਲੀਵਾਲ ਆਸਟ੍ਰੇਲੀਆ ਰਮਣੇ ਕੀ ਲੱਗ ਰਹੇ ਸੱਤ ਵੱਜਦੇ ਆ ਜਤਨ ਵਾਰਡਸ ਬੜਾ ਪਿਆਰਾ ਸਾਊਂਡ ਚਾਰ ਨੰਬਰ ਤੇ ਲਾਈਵ ਹੈ ਨਹੀਂ ਕੋਈ ਸਭ ਗੇਜੀ ਭਰਿਆਰੀ ਵਾਲਾ ਹਰ ਇਧਰਲੇ ਪਾਸੇ ਮੁੰਡਾ ਕਹਿੰਦੇ ਪਜੇਟੇ ਵਾਲਾ ਸੁੱਖ ਹੈ ਇੱਕ ਪਾਸੇ ਕਮਲ ਖੜਾ ਬੜੀ ਵੱਡੀ ਸੇਵਾ ਕੀਤੀ ਕਹਿੰਦੇ ਟਿੱਕਰੀ ਬਾਰਡਰ ਦੇ ਪਜੇਟਿਆਂ ਦੇ ਕਮਲ ਨੇ ਵੀ ਆਹ ਕਹਿੰਦੇ ਕਿਸਾਨ ਮੋਰਚੇ 'ਚ ਬਹੁਤ ਵੱਡਾ ਸੰਘਰਸ਼ ਲੜਿਆ ਵਾਲੀਵਾਲ ਪਰਿਵਾਰ ਦੇ ਲਈ ਇਹ ਮੁੰਡੇ ਨੇ ਵੀ ਸੇਵਾ ਬਹੁਤ ਕੀਤੀ ਹੈ ਤਿੰਨ ਨੰਬਰ ਦਾ ਵੀ ਮੁਕਾਬਲਾ ਸ਼ੁਰੂ ਹੈ ਇੱਕ ਪਾਸੇ ਭੁੱਟੀ ਵਾਲੀ ਹੈ ਮੁੰਡੇ ਵੱਜਦੇ ਆ ਗਿਆਰਾਂ ਨਵੀਂ ਉਮਰ ਦੇ ਵੱਡੇ ਖਿਡਾਰੀ ਨੇ ਦੂਜੇ ਪਾਸੇ ਟੀਮ ਕਹਿੰਦੇ ਕੈਲਪੁਰ ਪਿੰਡ ਦੀ ਬੜੀ ਵੱਡੀ ਟੀਮ ਬਣੀ ਹੈ ਆਹ ਮੁੰਡਾ ਹੈਪੀ ਹੈ ਇਹਦਾ ਮੀਨੇ ਵਾਲੀ ਪਿੰਡਾਂ ਜੀ ਨੇ ਕਮਾਲ ਕਰਦੀ ਹੈ 200 ਹੋਰ ਆ ਰਵਿੰਦਰ ਲਾਡੀ ਦੇ ਲਈ ਉਧਰ 200 ਰੁਪਇਆ ਟੂ ਸਰ ਲਾਡੀ ਦੇ ਲਈ ਹੈ ਮੁਬਾਰਕਾਂ ਤੁਹਾਨੂੰ ਬਹੁਤ 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 ਮੁਬਾਰਕਾਂ ਮੇਰੀ ਲਾਡੀ ਦੇ ਲਈ 200 ਹੋਰ ਆ ਗਿਆ ਰਵਿੰਦਰ ਆ ਜਾ ਭਰਾ ਸਾਡਾ ਵੱਡੇ ਬਾਣ ਤੇ ਪਿਆਰ ਗੁਰੂ ਸਿੰਘ ਨੇ ਉਹ ਬੱਲੇ ਬਹੁਤ ਬਹੁਤ ਧੰਨਵਾਦ ਮੇਰੀ ਆਪ ਜੀ ਭੈਣੀ ਬਾਈ ਦੇ ਖਿਡਾਰੀ ਤੇ ਭਰਿਆਰੀ ਬਾਗੜੀ ਚਾਰ ਨੰਬਰ ਗਰਾਊਂਡ ਦੇ ਟੀਮਾਂ ਹੁਣ ਬਿਨਾਂ ਕਿਸੇ ਦੇਰੀ ਦੇ ਭੈਣੀ ਬਾਈ ਤੇ ਭਰਿਆਰੀ ਬਾਗੜੀ ਦੇ ਖਿਡਾਰੀ ਜਿਹੜੇ ਚਾਰ ਨੰਬਰ ਗਰਾਊਂਡ 'ਚ ਆ ਜਾਣ ਤੇਜੀ ਚੁਸਤ ਨਹੀਂ ਰੱਖੀ ਹਾਂ ਮਾੜਾ ਚੁਸਤ ਨਹੀਂ ਭਰਾ ਆਪਣਾ ਮਾੜਾ ਚੁਸਤ ਨਹੀਂ ਟੱਪਾ ਖਾ ਕੇ ਆਉਂਦੀ ਹੁੰਦੀ ਵਾਲ ਗੁਰਵੀਰ ਡੋਕ ਵਧੀਆ ਵਧੀਆ ਗੁਰਵੀਰ ਲਵਜਿੰਦਰ ਅਮਨ ਬਾਬਾ ਧੰਨਵਾਦ ਵੀਰੇ ਇੱਕ ਜਾਜੋ ਦੀ ਟੀਮਾਂ ਭੈਣੀ ਬਾਈਆਂ ਦੇ ਭਰਿਆਰੀ ਬਾਗੜੀ ਇੱਕ ਨੰਬਰ ਦਾ ਮੈਚ ਸਮਾਪਤ ਉਹ ਜਿੱਤ ਗਿਆ ਵੀ ਉਧਰੋਂ ਬਰਾੜ ਕਲੱਬ ਯੂਐਸਏ ਆਹ ਮੈਚ ਨੇ ਦੁੱਖ ਤੋੜਨਾ
ਉਹ ਜੇਤੂ ਰਹੀ ਹੈ 600 ਰੁਪਈਆ ਮੇਰੇ ਕੋਲੇ ਆ ਮੈਚ ਨੇ ਦੁੱਖ ਤੋੜਨੇ ਆ ਮਨਪ੍ਰੀਤ ਦਿਓਲ ਨੇ ਟਿਕਾਣੇ ਲਾ ਦਈਏ ਗੱਲ ਮਨਪ੍ਰੀਤ ਦਿਓਲ ਨੰਗੇ ਨੰਗੇ ਵੀਰੇ ਬਹੁਤ ਧੰਨਵਾਦ ਜਾਂਦੇ ਰਹੋ ਮਾੜੀ ਨੀਵੀਂ ਪਾਲਿਓ ਭਰਾ ਬਣਿਆ ਮਾੜੀ ਨੀਵੀਂ ਪਾਲਿਓ ਫੇਰ ਠੀਕ ਹੈ ਜੀ ਸਹੀ ਹੈ ਬਹੁਤ ਧੰਨਵਾਦ ਨੰਗੀ ਨੰਗੀ ਵੀਰੇ ਮਿਹਰਬਾਨੀ ਭਰਾ ਆਪਣੇ ਸਾਰੇ ਵੇਖੀ ਮਾੜਾ ਬਚਾ ਕੇ ਮੈਂ ਵੀ ਇੱਕ ਨੰਬਰ ਗਰਾਊਂਡ ਦਾ ਚਲਾਈਏ ਮੁਕਾਬਲਾ ਆਪਾਂ ਜਲਦੀ ਨਾਲ ਭੈਣੀ ਬਾਈਆਂ ਦੇ ਭਲਿਆਰੀ ਬਾਗੜੀ ਦੇ ਖਿਡਾਰੀ ਜਿਹੜੇ ਆ ਜਾਣ ਬਹੁਤ ਤਗੜਾ ਮੈਚ ਲੱਗਣਾ ਵੀ ਆਓ ਬੱਲੇ 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 ਓ ਲਵਦੀ ਲਵਦੀ ਸਾਹਿਬ ਜੋਤ ਬਰਾੜ ਵਧੀਆ ਵਧੀਆ ਸਾਹਿਬ ਜੋਤ ਗੁਰੀ ਧੌਲ ਮਾਜਰਾ ਵਧੀਆ ਵਧੀਆ ਗੁਰੀ ਗੁਰੀ ਨਾਲ ਪੱਕੀ ਆ ਇਧਰਲੇ ਪਾਸੇ ਨੰਗੇ ਨੰਗੇ ਵੀਰੇ ਗੁਰੂ ਸਰ ਗਾਂਧੀ ਆਪਣੇ ਪੈਸੇ ਦੇ ਜੀ ਵੀਰਾ ਮੇਰੇ ਕੋਲੇ ਮਿਹਰਬਾਨੀ ਉਧਰ ਬੱਬੀ ਵੀ ਆਇਆ ਵੀਰ ਸਾਡਾ ਰਵਿੰਦਰ ਤੇ ਬੱਬੀ ਦੋਨੋਂ ਵੀਰ ਸਾਡੇ ਪੁੱਜੇ ਹੋਏ ਆ ਬਹੁਤ ਬਹੁਤ ਧੰਨਵਾਦ ਹੈ ਸਵਾਗਤ ਹੈ ਲਾਡੀ ਆਪਣੇ ਪੈਸੇ ਲੈ ਜੇ ਸਟੇਜ ਤੇ ਆ ਗਏ ਬਹੁਤ ਸੋਹਣੀ ਖੇਡ ਦਿਖਾਈ ਹੈ ਇੱਕ ਨੰਬਰ ਗਰਾਊਂਡ ਭੈਣੀ ਬਾਈਏ ਦੀ ਟੀਮ ਆ ਗਈ ਮੈਂ ਵੀ ਪਵਣੇ ਬਾਈ ਟਾਸ ਕਰਾ ਰਹੇ ਮੈਚ ਦੀ ਸ਼ੁਰੂਆਤ ਆਪਾਂ ਕਰਾਂਗੇ ਪਹਾੜੂ ਵਾਲੀਆ ਪਵਣਾ ਸਾਡਾ ਵੀਰ ਰਮੇਸ਼ ਕੁਮਾਰ ਖਾਲੀਆ ਜੀ ਪੁਆਇੰਟ ਦੱਸ ਦੇ ਰਮੇਸ਼ ਜੀ ਆਪਾਂ ਜੱਸੂ ਕੀ ਹਾਲ ਚਾਲ ਹੈ ਜੱਸੂ ਢਿੱਲੋਂ ਬਹੁਤ ਜਲਦੀ ਦੇ ਨਾਲ ਭਨਿਆਰੀ ਬਾਗੜੀ ਦੀ ਟੀਮ ਆਵੇ ਜਿਹੜੇ ਵੀਰ ਸਟੇਜ ਦੇ ਸਾਹਮਣੇ ਖੜੇ ਕਿਰਪਾ ਕਰਕੇ ਬਹਿ ਜਾਓ ਵੀਰੇ ਬੱਬੀ ਉੱਪਰ ਬੱਬੀ ਤੋਂ ਪੁਆਇੰਟ ਪੁੱਛ ਗਿਆ ਭੱਜ ਕੇ ਪੱਕੇ ਪੁਆਇੰਟ ਲੱਕੀ ਸਿੱਧੂ ਵਧੀਆ ਵਧੀਆ ਵੀਰੇ ਬਾਬਾ ਧੰਨਵਾਦ ਲੱਕੀ ਸਿੱਧੂ ਜੱਸੂ ਢਿੱਲੋਂ ਲਵਜਿੰਦਰ ਅਮਨ ਕਰਦੇ ਅਪਡੇਟ ਵੇਟ ਕਰੋ ਬਾਈ ਮਾੜਾ ਜਾ ਰਮੇਸ਼ ਕੁਮਾਰ ਜੀ ਵੇਟ ਕਰ ਲੋ ਖਾਲੀ ਆ ਜੀ ਵੇਟ ਵੇਟ ਬਹੁਤ ਬਹੁਤ ਧੰਨਵਾਦ ਮੈਂ ਵੀ ਪਿੰਡੇ ਬਹਿ ਜਾਓ ਤੁਸੀਂ ਤਰਲੋਕ ਦੀ ਗੱਲ ਮੰਨਿਆ ਕਰੋ ਕਿਹੜੀ ਹੋਰ ਤਾਂ ਕੋਈ ਨੀ ਮੰਨਦਾ ਵਿਚਾਰੇ ਵੀ ਤੁਸੀਂ ਕਿੰਨੇ ਕਿੰਨੇ ਦੂਜੇ ਪਾਸੇ ਜੰਡ ਵਾਲਾ ਪਿੰਡ ਹੈ ਫਰੀਦਕੋਟੀਏ ਮੁੰਡੇ ਬਾਬੇ ਫਰੀਦ ਦੀ ਉਹ ਧਰਤੀ ਹੈ ਇੱਧਰ ਕਹਿੰਦੇ ਸ਼ਹੀਦਾਂ ਦੀ ਧਰਤੀ ਜ਼ਿਲ੍ਹਾ ਫਿਰੋਜ਼ਪੁਰ ਹੁਸੈਦੀ ਵਾਲਾ ਪਿੰਡ ਕਹਿੰਦੇ ਬਾਰਡਰ ਤੇ ਵਸਿਆ ਹੈ ਹੁਸੈਦੀ ਵਾਲੇ ਬਾਰਡਰ ਦੇ ਬਹੁਤ ਦੂਰ ਦਰੇਡੇ ਚਰਚੇ ਹੁੰਦੇ ਆ ਤੇ ਗੰਡਾ ਸਿੰਘ ਵਾਲਾ ਕਹਿੰਦੇ ਪਹਿਲਾ ਪਿੰਡ ਹੈ ਪਾਕਿਸਤਾਨ ਦਾ ਜਿਹੜਾ ਕਹਿੰਦੇ ਪਾਕਿਸਤਾਨ ਪੰਜਾਬ ਦੀ ਸ਼ੁਰੂਆਤ ਫਿਰੋਜ਼ਪੁਰ ਤੋਂ ਅੱਗੇ ਗੰਡਾ ਸਿੰਘ ਉਧਰ 7 ਪੁਆਇੰਟ ਹੈ ਫਿਰੋਜ਼ਪੁਰ ਵੀਰੇ ਕਹਿੰਦੇ ਉਸ ਇਲਾਕੇ ਇੱਧਰ 5 ਪੁਆਇੰਟ ਜੰਡ ਵਾਲੇ ਦੇ ਆਇਆ 7 5 ਵੀ ਬਹੁਤ ਤਗੜਾ ਹੈ ਇੱਕ ਪਾਸੇ ਬਾਂਦਰਾਂ ਦਾ ਜੱਜ ਹੈ ਆ ਰਿੰਕੂ ਆ ਵਧਾਈ ਵਾਲਾ ਆ ਹੈ ਗਲੇਡੀਏਟਰ ਬਾਂਦਰਾਂ ਦੀ ਧਰਤੀ ਦਾ ਨੀਰੂ ਬਾਜਵਾ ਦਾ ਕਹਿੰਦੇ ਡੋਟ ਪਿੰਡ ਹੈ ਬਾਂਦਰ ਪਿੰਡ ਜੱਜ ਦਾ ਆ ਰਸ਼ੀਅਨ ਟੈਂਕ ਹੈ ਵਾਲੀਬਾਲ ਦਾ ਇਹ ਆ ਕਹਿੰਦਾ ਚੰਦ ਬਾਜੇ ਦੀ ਧਰਤੀ ਦਾ ਚੰਦ ਬਾਜਾ ਚੰਦ
ਨਵਾਂ ਚੰਦ ਪੁਰਾਣਾ ਚੰਦ ਭਾਣ ਬੜੇ ਮਸ਼ਹੂਰ ਪਿੰਡ ਦੇ ਵੱਡੇ ਚਰਚੇ ਹੁੰਦੇ ਨੇ ਬੰਟੂਆ ਉਧਰ ਰਿੰਕੂ ਸੈਂਟਰ ਚ ਇਧਰ ਕਿੱਦਾਂ ਗਿਆ ਉਧਰ ਜੰਡਲੀਆ ਗੁਰਪਿਆਰ ਨਾਲ ਬਿੱਟੂ ਹੈ ਇਧਰ ਕਹਿੰਦੇ ਰੂਪ ਹੈ ਤੇ ਨਾਲ ਬੰਟੂ ਹੈ ਡਿਫੈਂਸਰ ਚੋਟੀ ਦੇ ਬੜਾ ਮੁੰਡਾ 85 ਕਮਾਲ ਦੀ ਸਫਲਤਾ ਜੋੜੀ ਹੈ ਉੱਪਰ ਵਾਲਿਆ ਦੱਸੀ ਕਿੰਨੇ ਕਿੰਨੇ ਪੁਆਇੰਟ ਦੇ 7-5 8-5 8-5 ਜੱਗੀ ਸਾਡਾ ਵੀਰ ਜ਼ਰੂਰ ਸਟੇਜ ਤੇ ਆਵੇ ਜੱਗੀ ਭੈਣੀ ਸਾਹਿਬ ਵੀਰ ਸਾਡਾ ਉਹ ਜ਼ਰੂਰ ਆ ਜਾਏ ਸਟੇਜ ਤੇ ਇੱਕ ਨੰਬਰ ਦਾ ਮੈਚ ਸ਼ੁਰੂ ਕਰ ਦਿਓ ਜੀ ਟੀਮਾਂ ਆ ਗਈਆਂ ਨੇ ਦੋਵੇਂ 8-5 ਜੀ ਫਰੋਸ਼ਾ ਦੀ ਬੀ ਟੀਮ ਦੇ ਇਸ ਤੋਂ ਬਾਅਦ ਸੈਮੀ ਫਾਈਨਲ ਹੈ ਵੀਰੇ ਇਹ ਮੈਚ ਤੋਂ ਬਾਅਦ ਸੈਮੀ ਫਾਈਨਲ ਹੋਣਾ ਪਹਿਲਾ 5-8 ਚੇਂਜ 5-8 ਚੇਂਜ ਕਰਦਾ ਜੰਟ ਵਾਲੇ ਪਿੰਡ ਦਾ ਇਹਦੇ ਕਹਿੰਦੇ ਇੰਤਜ਼ਾਰ ਸਮੇਂ ਦਾ ਜਿਹੜੇ ਵੀਰ ਖੜੇ ਆ ਸਟੇਜ ਦੇ ਸਾਹਮਣੇ ਕਿਰਪਾ ਕਰਕੇ ਬਹਿ ਜਾਣਾ ਬਨਿਆਰੀ ਸ਼ਾਲੂ ਦੀ ਟੀਮ ਉਧਰ ਸੈਮੀ ਚ ਪਹੁੰਚ ਗਈ ਹੈ ਬੇਨਤੀ ਹੈ ਸਾਡੀ ਕਰਮ 5-8 ਦੀ ਟੱਕਰ ਆਓ ਸਾਹਮਣੇ ਵਧਾਈਆਂ ਦਾ ਰਿੰਕੂ ਆ ਮੁੰਡੇ ਦਾ ਵਧਾਈਆਂ ਪੈਂਦਾ ਜਿਹੜਾ ਪਰਲੇ ਪਾਸੇ ਜੰਡ ਵਾਲੇ ਦਾ ਸੈਂਟਰ ਖੇਡ ਰਿਹਾ ਇੱਧਰ ਕਿੰਨਾ ਹੈ ਚੰਦ ਬਾਜੇ ਵਾਲਾ ਆਹ ਮੁੰਡਾ ਕਿਤੇ ਭਾਵਾਂ ਦਾ ਇਹ ਆ ਰਿੰਕੂ ਵਧਾਈਆਂ ਦੀ ਧਰਤੀ ਦਾ ਨੰਬਰ 6 ਜੋੜ ਗਿਆ ਇਹਨੇ ਬੀ ਐਡ ਕੀਤੀ ਹੈ ਬੜਾ ਪੜ੍ਹਿਆ ਲਿਖਿਆ ਖਿਡਾਰੀ ਆ ਇਹ ਮੁੰਡਾ ਲਾਹੌਰੀਆਂ ਦਾ ਜਿਹਦੇ ਹੁਣ ਕਿਤੇ ਨੰਬਰ ਅਮਰ ਕੰਬੋਜ ਵਧੀਆ ਵਧੀਆ ਅਮਰ ਬਾਈ ਵੱਡੀ ਸਪੋਰਟ ਭੇਜੀ ਅਮਰ ਕੰਬੋਜ ਬਾਈ ਨੇ ਬਹੁਤ ਬਹੁਤ ਧੰਨਵਾਦ 8 ਨੰਬਰ ਹੈ ਫਰੋਸ਼ਾ ਦੀ ਬੀ ਟੀਮ ਦੇ ਗੁਰਦੀਪ ਗਿੱਲ ਦੀ ਟੀਮ ਦੇ ਆਹ ਮੁੰਡਾ 7-8 ਦੀ ਧਰਤੀ ਦਾ 7-8 ਨੰਬਰ ਕਹਿੰਦੇ 7 ਆਪਣੀ ਟੀਮ ਦੇ ਲਈ ਜੁੜ ਗਿਆ ਹੈ 7 ਨੰਬਰ ਜੰਡ ਵਾਲਾ 8 ਫਰੋਸ਼ਾ ਦੇ ਹੈ 1 ਨੰਬਰ ਦਾ ਫਰਕ ਹੁਣ ਬਾਕੀ ਰਹਿ ਗਿਆ ਕਾਉਂਟ ਜੋੜਦਾ ਬਰਾਬਰੀ ਦਾ ਨੰਬਰ ਇਕੱਲੀ ਇਕੱਲੀ 8 ਵਧਾਈਆਂ ਨੇ ਦੇ ਆਹ ਬਾਂਦਰਾ ਦਾ ਜੱਜ ਬੱਲੇ 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 ਸਵਾਲ ਵੱਖਰਾ ਜਦੋਂ ਜੱਜ ਦੇ ਬਾਲ ਬਣਦੀ ਹੈ ਨਾ ਲੋਕ ਬਹਿੰਦੇ ਆ ਵੀ ਖੜ ਮਨਪ੍ਰੀਤ ਦਿਓਲ ਹੋਣਾ ਚਾਹੀਦਾ ਹੈ ਇਹ ਹੈਗਾ ਜੀ ਕੁਆਟਰ ਫਾਈਨਲ ਦਾ ਲਾਸਟ ਇਸ ਤੋਂ ਬਾਅਦ ਪਹਿਲਾ ਸੈਮੀ ਇਸ ਤੋਂ ਬਾਅਦ ਪਹਿਲਾ ਸੈਮੀ ਫਾਈਨਲ ਇੱਕ ਪਾਸੇ ਮੁੰਡੇ ਕਹਿੰਦੇ ਭੁੱਟੀ ਵਾਲੇ ਪਿੰਡ ਦੇ ਆਹ ਕਹਿੰਦੇ ਕਿਤੇ ਖਿੜਕੀ ਵਾਲਾ ਕਿਤੇ ਭੁੱਟੀ ਵਾਲਾ ਕਿਤੇ ਸਰਾਏ ਦਾ ਗਾ ਕਿਤੇ ਖਾਰਾ ਕਿਤੇ ਹਰੀ ਕੇ ਕਿਤੇ ਸੂਰੇ ਵਾਲਾ ਕਿਤੇ ਦੋਦੇ ਤੇ ਕੌਮੀ ਦੀਆਂ ਗੱਲਾਂ ਮੁੰਡੇ ਕਿਤੇ ਸ੍ਰੀ ਮੁਕਤਸਰ ਸਾਹਿਬ ਤੋਂ ਆਇਆ ਹਰ ਦੂਜੇ ਪਾਸੇ ਅੱਜ ਕੈਲਪੁਰੀਆਂ ਨੇ ਬਹੁਤ ਖੜਕਾ ਦੜਕਾ ਕੀਤਾ ਟੀਮਾਂ ਦਾ ਜਿਹਦੇ ਜਿਹਦੇ ਦਾ ਮੈਚ ਆਇਆ ਨਾ ਕੈਲਪੁਰ ਦਾ ਤੇ ਕਹਿੰਦੇ ਖੰਡਾ ਖੜਕਾ ਕੇ ਤੋਰੇ ਮੁੰਡਿਆਂ ਨੇ ਆਹ ਕੈਲਪੁਰੀਏ ਖੇਡਾ ਸ਼ਹਿਬਾਜਪੁਰੀਆ ਸਰਦਾ ਅੱਜ ਤਗੜੀ ਖੇਡ ਦਾ ਪ੍ਰਦਰਸ਼ਨ ਕਰ ਰਿਹਾ ਮੁੰਡਾ ਮੈਚ 3 ਤੇ ਵੀ ਬੜਾ ਤਗੜਾ ਬੜਾ ਚੋਟੀ ਦਾ ਮੈਚ 2 ਤੇ ਵੀ ਕਹਿੰਦੇ ਸਿਰੇ ਦਾ ਜਿਹੜਾ ਖੇਡਿਆ ਜਾ ਰਿਹਾ ਹੈ ਵੀ ਗੱਡਿਆਂ ਵਿਚਾਲੇ ਨੈੱਟ ਆਹ ਪਾਈਆਂ ਨੇ ਉਦੋਂ ਵੱਡੀਆਂ ਬਾਹਰ ਬੈਠੇ ਲੋਕੀ ਗੱਲਾਂ ਹੁਣੇ ਹੋ ਕਰਦੇ ਆਹ ਟੀਮਾਂ ਦੋਵੇਂ ਚੰਗੀਆਂ ਆਹ ਗੌਰਵ ਹੈ ਸੈਂਟਰ ਚ ਕਿੱਦਾਂ ਚੰਦਬਾਜੇ ਦੀ ਧਰਤੀ ਦਾ ਆਹ ਚੰਦਬਾਜੇ ਵਾਲਾ ਵੱਡਾ ਨੰਬਰ ਜੋੜੂ ਜਾਂ ਫਿਰ ਜੰਡ ਵਾਲੀਏ ਕਰਦੇ ਕਮਾਲ ਗੁਰਪਿਆਰ ਵਰਗੇ ਟੀਮਾਂ ਬਰਾਬਰ ਦੀਆਂ ਨੇ ਆਓ ਸਾਹਮਣੇ ਬਾਲ ਆਊਟ ਹੈ ਵਾਂਡ ਲੱਗਿਆ ਚੇਂਜ ਹੋਈ ਚੇਂਜ ਹੋ ਗਿਆ ਬੈਠਾ ਮੈਂ ਵੀ ਪੱਪੀ 7-8 ਆ ਸ਼ੁਰੂ ਕਰ ਦਿਓ ਜੀ ਜਲਦੀ ਫੌਜੀ ਚੱਲਿਆ ਮੈਚ ਕਦੀ ਮੈਚ ਕਿਉਂ ਨੀ ਚੱਲਦਾ 1 ਨੰਬਰ ਦਾ ਹੁਣ ਹੋਣੀ ਲਾਲਾ ਲਾਲਾ ਪੂਰੀ ਸ਼ੁਰੂਆਤ ਕਰ ਦੋ ਜੀ ਜਨੇਤਪੁਰੀ ਕਨੇਡਾ ਤੋਂ ਆਪਸ ਬੜੀ ਜਲਦੀ ਆਇਆ
ਕੈਨੇਡਾ ਆ ਗਿਆ, ਉਹ ਕੈਨੇਡਾ ਚਲਾ ਗਿਆ ਸੀ ਨਾ ਕੱਲ, ਤੁਹਾਨੂੰ ਪਤਾ ਲੱਗਿਆ ਭੈਣੀ ਸਾਹਿਬ ਵਾਲੇ ਕਹਿੰਦੇ ਇਹਦੇ ਬਿਨਾਂ ਮੇਲਾ ਨਹੀਂ ਕਰਾਉਣਾ, ਉਹ ਆ ਗਿਆ। ਥੈਂਕ ਯੂ ਰਣਜੀਤ ਜੀ, ਥੈਂਕ ਯੂ ਵੈਰੀ ਮਚ, ਦਿਸ ਇਜ਼ ਨੋਟ ਫੇਅਰ ਬਾਈ ਬ੍ਰਦਰ। ਮੁੰਡਾ ਆ ਗਿਆ ਕੈਨੇਡਾ ਦੇ ਨਾਲ, ਸੁਜਨੇਤਪੁਰੇ ਵਾਲਾ ਵੀ ਹੱਥ ਲਾ ਕੇ ਮੁੰਡਾ ਆ, ਔਰ ਮੇਰੇ ਮਿੱਤਰੋਂ ਗੱਲਾਂ ਵੱਡੀਆਂ ਨੇ। ਉਧਰ ਇੱਕ ਨੰਬਰ ਗਰਾਊਂਡ 'ਚ ਵੀ ਮੁਕਾਬਲੇ ਦੀ ਸ਼ੁਰੂਆਤ ਹੈ, ਭੁਨਿਆਰੀ ਪਾਗੜੀ ਦੀ ਟੀਮ ਵੀ ਕਹਿੰਦੇ ਟੌਪ ਦੀ ਬਣੀ ਹੈ। ਮੁੰਡਾ ਜਨੇਤਪੁਰੀਆ ਵੀ ਆ ਗਿਆ, ਮਾਣ ਇਹਨਾਂ ਪਿੰਡਾਂ ਦਾ, ਇਸ ਇਲਾਕੇ ਦਾ, ਜਿਹਨੇ ਲੋਕਾਂ ਜਨੇਤਪੁਰੀਆ ਦੀ ਵੀ ਕਹਿੰਦੇ ਦੁਨੀਆਂ ਦਵਾਨੀ ਹੈ, ਬਹੁਤ ਤਗੜੀ ਖੇਡਦਾ ਕਹਿੰਦੇ ਰਮੇਸ਼ ਕੁਮਾਰ ਜੀ। ਇੱਕ ਨੰਬਰ ਉਧਰ ਆ ਗਰਾਊਂਡ, ਇੱਕ ਨੰਬਰ ਗਰਾਊਂਡ ਦੂਜੀ ਸਾਈਡ ਹੈ ਸਲੀਮ ਸ਼ਾਲਾ, ਬਾਈ ਜੀ ਇਸ ਤੋਂ ਬਾਅਦ ਸੈਮੀ ਚੱਲਣਾ, ਪਹਿਲਾ ਸੈਮੀ, ਇਸ ਤੋਂ ਬਾਅਦ ਪਹਿਲਾ ਸੈਮੀ, ਅੱਜ ਭੈਣੀ ਬਾਈ ਵਾਲੇ ਕਹਿੰਦੇ ਇਸ ਤੋਂ ਬਾਅਦ ਪਹਿਲਾ ਸੈਮੀ ਫਾਈਨਲ ਮੈਚ, ਧੋਦੇ ਵਰਗੇ ਖਿਡਾਰੀ ਖੇਡ ਰਹੇ ਹੈ ਮੈਚ। ਇੱਕ ਨੰਬਰ ਗਰਾਊਂਡ ਦਾ ਵੀ ਬਹੁਤ ਤਗੜਾ ਕਹਿੰਦੇ ਖੇਡਿਆ ਜਾ ਰਿਹਾ ਹੈ, ਤਿੰਨੇ ਕੁਆਟਰ ਚੱਲ ਰਹੇ, ਚੱਲਣਾ ਹੇਰ, ਵਧੀਆ ਵਧੀਆ ਵੀਰੇ। ਸ਼ਾਲੂ ਦੀ ਟੀਮ ਜਿਹੜੀ ਮੇਰੇ ਮਿੱਤਰੋਂ ਸੈਮੀ ਫਾਈਨਲ 'ਚ ਪ੍ਰਵੇਸ਼ ਕਰ ਗਈ ਹੈ, ਵਾਹ ਵਾਂਦਰਾਂ ਵਾਲਿਆ, ਫੋਰਸ ਤੇ ਬਹੁਤ ਲਾਈ ਹੈ, ਪਰ ਬੱਟੂ ਬਾਲ ਹੋ ਗਿਆ ਮੈਨੂੰ ਲੱਗਦਾ ਹੈ, ਕਹਿੰਦਾ ਹੀ ਲੱਭੇ ਨੇ ਗੋਡੀ ਬਾਲ। ਧੰਨਵਾਦ ਮਨਪ੍ਰੀਤ, ਮਾਨਸ਼ਾਈਆ ਇੱਧਰ, ਰਿੰਕੂ ਵਧਾਈਆਂ ਵਾਲਾ, ਅੱਠ ਅੱਠ ਹੋ ਗਏ ਮੇਰੇ ਖਿਆਲ 'ਚ, ਅੱਠ ਅੱਠ ਦੀ ਬਰਾਬਰੀ, ਜਤਿੰਦਰ ਗਰੇਵਾਲ ਜਰੂਰ ਜਰੂਰ ਵੀਰੇ, ਜਤਿੰਦਰ ਬਾਈ ਕਰਾਂਗੇ ਅਪਡੇਟ, ਜਤਿੰਦਰ ਗਰੇਵਾਲ ਬਾਈ ਆਉਣ ਦਾ ਵੀ ਦੱਸਾਂਗੇ। ਸੁੱਖ ਸਿੱਧੂ ਭੈਣੀ ਬਾਈ ਉਧਰ ਇੱਕ ਨੰਬਰ ਤੇ ਖੇਡੀ ਜਾਂਦੀ ਹੈ, ਸੁੱਖ ਗੋਪਾ ਕੱਟਣ ਵਾਲੀ ਨਹੀਂ ਆਇਆ ਬਾਈ, ਆ ਮੈਚ ਅੱਠ ਅੱਠ ਦੀ ਬਰਾਬਰੀ ਚੇਂਜ ਪਰਵਤਨ ਵੀਰ ਤੁਹਾਨੂੰ ਯਾਦ ਕਰ ਰਿਹਾ ਹੈ, ਜਰਨ ਕਮਲ ਸਾਡਾ ਵੀਰ ਇਟਲੀ ਦੇ ਵਿੱਚ ਬੈਠਾ ਭਰਾ ਸਾਡਾ, ਬਹੁਤ ਕਹਿੰਦੇ ਵੱਡੇ ਯੋਗਦਾਨ ਦਿੱਤੇ ਹੈ ਅੱਜ ਦੇ ਇਸ ਵੱਡੇ ਖੇਡ ਮੇਲੇ ਨੂੰ ਕਰਾਉਣ ਦੇ ਲਈ। ਡੀਪੀ ਸਾਹਿਬ ਬੈਠੇ ਅੰਕਲ ਜੀ ਜ਼ਰੂਰ ਮਿਲ ਜਾਓ, ਬਿਲਕੁਲ ਏਡੀਜ ਹੈ, ਏਡੀਜ ਸਿੰਘ ਜੀ ਫੌਜੀ ਸਾਹਿਬ ਜੋ ਵੀ ਵਿਸ਼ੇਸ਼ ਤੌਰ ਤੇ ਆਏ ਆ, ਫੌਜੀ ਸਾਹਿਬ ਨੂੰ ਬੇਨਤੀ ਹੋਈ ਜ਼ਰੂਰ ਸਟੇਜ ਤੇ, ਅੱਠ ਅੱਠ ਦੀ ਬਰਾਬਰੀ, ਬੜੇ ਸਤਿਕਾਰ ਹੀ ਹੋ ਗਿਆ ਸਾਡੇ ਪੰਜੇਟਿਆਂ ਦਾ, ਕਮਲ ਆਵੇ ਸਟੇਜ ਤੇ, ਸਿੱਧੂ ਆਇਆ ਵੀਰੇ, ਆਇਆ ਸਿੱਧੂ, ਓਏ ਬੇਨਤੀ ਹੈ ਕਮਲ ਪੰਜੇਟੇ ਦੇ ਲਈ, 51 ਸੌ ਦਾ ਵੱਡਾ ਮਾਣ, ਚਰਨ ਕਮਲ ਸਾਡਾ ਵੀਰ ਇਟਲੀ ਉਹ ਭਰਾ ਦੇ ਬੰਦੇ ਨੂੰ ਵੱਡੇ ਮਾਣ ਕੀਤੇ ਜਾਣੇ ਅੱਜ, ਰਾਜੂ ਨਾਰ ਜੀ ਸ਼ਾਲੂ ਆਇਆ ਜੀ ਸੈਮੀ ਚ ਪਹੁੰਚ ਗਏ, ਸ਼ਾਲੂ ਹਰੀ ਨਵਜੋਤ ਚਹਿਲ ਜੱਜ ਬੁੱਧੀ ਵਾਲਾ ਨੀ ਆਇਆ, ਲਵਦੀਪ ਉਹ ਬੱਲੇ ਗੁਰਪਿਆਰ, ਲਵਦੀਪ ਤੇ ਗੁਰਪਿਆਰ, ਗੁਰਪਿਆਰ ਤੇ ਲਵਦੀਪ, ਪੁਆਇੰਟ ਚੇਂਜ ਹੋਈ ਨਾ ਏਡੀ, ਪ੍ਰੀਤਮ ਸਿੰਘ ਜੀ ਛੋਟੂ ਮਾਜਰਾ ਨਹੀਂ ਆਇਆ ਮਹਾਰਾਜ, ਅਰਵਿੰਦਰ ਢੀਂਡਸਾ
ਰਣਜੀਤ ਦਾ ਕਰਦੇ ਅਪਡੇਟ ਆਇਆ ਰਣਜੀਤ ਜੋਲ ਉਹ ਬੱਲੇ ਉਹ ਬੱਲੇ ਵਧਾਈਆਂ ਵਾਲਾ ਬੁੱਢਾ ਜੰਡ ਵਾਲੀਆ ਇੱਧਰ ਕਮਲ ਦਾ ਸਨਮਾਨ ਹੈ ਇਹ ਜ਼ਰੂਰ ਕਰ ਦਿਓ ਕਮਲ ਕਬੱਡੀ ਸੰਘੇ ਹਾਰ ਕੇ ਬਾਈ ਨਾਲ ਕਰਨ ਸਾਡਾ ਵੀਰ ਜੱਸਾ ਦੇ ਗੱਗੂ ਉਹ ਵੀ ਆਉਣ ਜੀ ਸਟੇਜ ਤੇ ਕਰਨ ਜੱਸਾ ਦੇ ਗੱਗੂ ਆ ਜਾਣ ਉਹ ਵੀ ਸਟੇਜ ਤੇ ਆ ਜਾਣ ਵੀ ਨੌ ਅੱਠ ਨਾਈਨ ਏਟ ਨੌ ਅੱਠ ਹੋ ਗਏ ਜੀ ਨੌ ਹੋ ਗਏ ਨਾ ਬੁੱਢੇ ਨੌ ਗਏ ਨਾ ਬਣਾ ਨੌ ਅੱਠ ਨਾਈਨ ਏਟ 19 ਨੰਬਰਾਂ ਦੇ ਗੇਮ ਆ 9-8 ਸਨੀ ਸੰਧੂ ਸਿੱਧੂ ਵੀਰੇ ਭਨੇਰੀ ਬਾਗੜੀ ਚ 1100 ਰਣਜੀਤ ਵੀ ਉਹ ਟੀਮ ਜੀ ਹੈ ਬਿੰਦਰ ਸਿੱਧੂ ਭਨੇਰੀ ਬਾਗੜੀ ਰਣਜੀਤ ਵੰਡ ਕੇ ਖੇਡੀ ਜਾਂਦੇ ਮੁੰਡੇ ਮੈਚ ਕਰਨ ਵੀਰ ਸਾਡਾ ਕਰਨ ਜੱਸੂ ਤੇ ਗੱਗੂ ਆ ਜਾਣ ਜੱਸਾ ਗੱਗੂ ਤੇ ਕਰਨ ਇਹ ਆਪਣੇ ਸਨਮਾਨ ਲੈਣਗੇ ਇਸ ਤੋਂ ਬਾਅਦ ਸੈਮੀ ਮੈਚ ਚੱਲ ਪੈਣੇ ਆ ਇਹ ਮੈਚ ਤੋਂ ਬਾਅਦ ਸੈਮੀ ਪੁਆਇੰਟ ਲੱਗਿਆ ਵੇ ਪੁਆਇੰਟ ਬਾਈ ਚੇਂਜ ਹੋਈ ਆ 9-8 ਚੇਂਜ ਆ ਜੀ 9-8 ਚੇਂਜ ਮਨਪ੍ਰੀਤ ਮਾਨਸਾ ਆ ਬਾਬਾ ਤਨ ਲਾਈਵ ਵਾਲੇ ਸਾਰੇ ਆ ਮੁੰਡੇ ਬਾਈ ਮਨਪ੍ਰੀਤ ਆਪਾਂ ਸਨਮਾਨ ਲੈ ਲਈਏ ਆ ਲੋ ਸਟੇਜ ਤੇ 9-8 ਇੱਧਰ 9 ਪੁਆਇੰਟ ਜੰਡ ਵਾਲੇ ਦੇ 8 ਪੁਆਇੰਟ ਫਰੋਸ਼ਾ ਬੀ ਐਨ ਕੁੰਡੀਆਂ ਦੇ ਸਿੰਘ ਫਿਰ ਚੇਂਜ ਜ਼ਰੂਰ ਆਉਣਗੇ ਆਪਣੇ ਮਾਨ ਸਨਮਾਨ ਜਿਹੜੇ ਪ੍ਰਾਪਤ ਕਰ ਲਏ ਸਿੱਧੂ ਕਿਹਦੇ ਟੀਮ ਚ ਸਿੱਧੂ ਭਨੇਰੀ ਬਾੜੀ ਚ ਸਨੀ ਗੱਗੂ ਵਰਗੇ ਵੀਰ ਸਾਡੇ ਰਾਜਨ ਸਟੇਜ ਤੇ ਉਹਨਾਂ ਦਾ ਮਾਨ ਸਨਮਾਨ ਜਿਹੜਾ ਵਿਸ਼ੇਸ਼ ਤੌਰ ਤੇ ਕੀਤਾ ਖੜਾ ਹੈ ਸਭੀ ਕਿੰਨੇ ਕਿੰਨੇ ਹੋ ਗਏ ਪੁਆਇੰਟ ਇੱਧਰ 8-9 8 ਨੰਬਰ ਆ ਫਰੋਸ਼ਾ ਵੀਰ ਤੇ 9 ਪੁਆਇੰਟ ਆ ਜੰਡ ਵਾਲੇ ਦੀ ਟੀਮ ਤੇ 8-9 ਪਤਾ ਕੋਈ ਨੀ ਕੀ ਬਣਨਾ ਬਹੁਤ ਤਗੜਾ ਮੈਚ ਆ ਹੈਪੀ ਆਇਆ ਮਹੀਨੇ ਵਾਲੀ ਵਾਲਾ ਸੁਮਨਦੀਪ ਓਕੇ ਓਕੇ ਮਨਪ੍ਰੀਤ 9 ਹੀ ਜਲਾਦੀਪ ਨੇ ਬਾਲ ਮਾਰਤੀ ਆ 9-9 ਦੀ ਬਰਾਬਰੀ ਹੋ ਗਈ ਮੈਨੂੰ ਲੱਗਦਾ ਗੁਰਪ੍ਰੀਤ ਭਨਿਆਰੀ ਦਾ ਕਰਾਂਗੇ ਅਪਡੇਟ ਵੀਰੇ ਸੈਮੀ ਚ ਭਨਿਆਰੀ ਸ਼ਾਲੂ ਦੀ ਟੀਮ ਭਨਿਆਰੀ ਬਾੜੀ ਦਾ ਮੈਚ ਉਧਰ ਪੰਜੇਟਾਂ ਨਾਲ ਚੱਲੀ ਜਾਂਦਾ ਮੈਨੂੰ ਲੱਗਦਾ ਕਿਹੜੀ ਟੀਮ ਨਾਲ ਚੱਲੀ ਜਾਂਦਾ ਭੈਣੀ ਨਾਲ ਭਨਿਆਰੀ ਬਾੜੀ ਦਾ ਭੈਣੀ ਬਾਈਏ ਨਾਲ ਮੈਚ ਚੱਲੀ ਜਾਂਦਾ ਤੇਜਿੰਦਰ ਸ਼ਰਮਾ ਸ਼ਾਲੂ ਦਾ ਤਾਂ ਉਹੀ ਸੈੱਟ ਆ ਵੀਰੇ ਸੁੱਖੂ ਤੇ ਮਣੀ ਵਾਸੀਆਂ ਸਹੀ ਗੱਲ ਆ ਨਾ ਹਾਂ ਗੁੱਡ ਹੈ ਜੇ ਉਵੇਂ ਨਿਬੜ ਪੂਰਾ ਗਰਾਊਂਡ ਚਲਾ ਕੇ ਨਿਬੜ ਨਾ ਫਿਰ ਨਿਬੜੂ 8 ਵਜੇ ਤੋਂ ਪਹਿਲਾਂ ਫਾਈਨਲ ਹੋ ਜੂ ਇਤਿਹਾਸ ਰਚਾ ਜਾਊ ਚਾਹੀਦਾ ਵੀ ਆਈ ਬਿਲਕੁਲ ਬਿਲਕੁਲ ਇਤਿਹਾਸ ਰਚਾ ਜਾਊ ਤੈਨੂੰ ਦੱਸਤਾ ਮੈਂ 8 ਵਜੇ ਤੋਂ ਪਹਿਲਾਂ ਫਾਈਨਲ ਹੋ ਜੂਗਾ ਪੱਕੀ ਗੱਲ ਹੈ ਪਹਿਲਾਂ ਹੀ ਹੋ ਜੂ ਇਹ ਤਾਂ ਹੁਣ ਕਲੱਬ ਤੇ ਡਿਪੈਂਡ ਕਰਦਾ ਕੰਮ
ਹਾਂ ਉੱਥੇ ਜਾ ਕੇ ਕੰਮ ਫਿਰ ਫੇਰ ਵੱਜ ਜਾਣੇ ਕੀ ਯਾਰ 11 ਜ਼ਿਆਦੇ ਨਵਜੋ ਚਹਿਲ ਜੁੱਪਾ ਨਹੀਂ ਆਇਆ ਬਾਈ ਨਵੀਂ ਆ ਗਿਆ ਗੰਗੂ ਤੇਰੇ ਸਨਮਾਨ ਹੈ 1100 ਰੁਪਈਆ ਚਰਨ ਕਮਲ ਬਾਈ ਸਾਡਾ ਇਟਲੀ ਦਵਿੰਦਰ ਬਰਾੜ ਵਧੀਆ ਵਧੀਆ ਦਵਿੰਦਰ ਬਰਾੜ ਮਨੀਲਾ ਮਨੀਲਾ ਵਾਲਿਓ ਕੀ ਹਾਲ ਚਾਲ ਹੈ ਜੀ ਹਾਰ ਗੰਗੂ ਵੀਰ ਆ ਸਾਡਾ ਦਵਿੰਦਰ ਬਰਾੜ ਮਨੀਲਾ ਜੱਸਾ ਵੀ ਆਵੇ ਤੇਜਿੰਦਰ ਸ਼ਰਮਾ ਚਾਨੀ ਵੀ ਆਵੇ ਵੀਰ ਸਾਡਾ ਬਿਲਕੁਲ ਤੇਜਿੰਦਰ ਸ਼ਰਮਾ ਬਾਈ 1100 ਦੇ ਨਾਲ ਸਹੀ ਗੱਲ ਆ ਤੁਹਾਡੀ ਚਰਨ ਕਮਲ ਇਟਲੀ ਦੇ ਵਧੀਆ ਸਨਮਾਨ ਕੀਤਾ ਜਾ ਰਿਹਾ ਲਾਈਵ ਸਹੀ ਚੱਲੀ ਜਾਂਦਾ ਆਪਣਾ ਸੁਣਿਓ ਦੱਸੋ ਕਮੈਂਟ ਕਰਕੇ ਲਾਈਵ ਠੀਕ ਹੈ ਸਾਰਾ ਜ਼ੋਰ ਲੱਗ ਗਿਆ ਸੰਧੂ ਦਾ ਕਹਿੰਦੇ ਸੰਧੂ ਦਾ ਸਾਰਾ ਜ਼ੋਰ ਲੱਗ ਗਿਆ ਆ ਇੱਥੇ ਰੱਖ ਵਧਾਈਆਂ ਵਾਲਾ ਮਕਸਰੀਆ ਰਿੰਕੂ ਹੈ ਬਰਾਬਰ ਹੋ ਗਏ ਅੱਛਾ 10-9 10-9 ਹੈ ਜੀ ਸਾਈਡਾਂ ਚੇਂਜ 19 ਨੰਬਰਾਂ ਦੀ ਗੇਮ 10 ਪੁਆਇੰਟ ਜੰਡ ਵਾਲਿਆਂ ਦੇ 9 ਪੁਆਇੰਟ ਫਰੋਸ਼ਾ ਵੀ ਗਗਨ ਵਧੀਆ ਵਧੀਆ ਨਵਜੋਤ ਬਹੁਤ ਬਹੁਤ ਧੰਨਵਾਦ ਨਵਜੋਤ ਸਾਹਿਲ ਕਲੇਰ ਵਧੀਆ ਵਧੀਆ ਸਾਹਿਲ ਫਰਿਆਦ ਪਮਾਲ ਥੈਂਕ ਯੂ ਫਰਿਆਦ ਕੁਆਟਰ ਮੈਚ ਇਤਿਹਾਸਕ ਮੈਚ ਚੱਲੀ ਜਾਂਦੇ ਆ ਵੀਰੇ ਬਿਲਕੁਲ ਸਾਹਮਣੇ ਸਮੇਂ ਨਾਲ ਕੁਆਟਰ ਬੜੀ ਵੱਡੀ ਗੱਲ ਹੈ ਸ਼੍ਰੀ ਭੈਣੀ ਸਾਹਿਬ ਵਾਲਿਆਂ ਨੇ ਸਿਰਾ ਹੀ ਲਾਤਾ ਜਮਾਂ 32 ਟੀਮਾਂ ਸੀ 11:30 ਵਜੇ ਮੈਚ ਸਟਾਰਟ ਕਰਤਾ ਸੀ ਮੇਰੀ ਗੱਲ 11:30-12 ਸ਼ੁਰੂ ਹੋ ਗਈ ਸੀ ਮੈਚ 32 ਟੀਮਾਂ ਅਤੇ ਕੁਆਟਰ ਚੱਲੀ ਜਾਂਦੇ ਆ ਬਾਈ ਇਸ ਤੋਂ ਬਾਅਦ ਸੈਮੀ ਮੈਚ ਹੋਊ ਪੱਕਾ ਕਮਲ ਸਰਾਵਾ ਵਧੀਆ ਕਮਲ ਹੈਪੀ ਬਾਈ ਦੀ ਆਓ ਸਟੇਜ ਤੇ ਹੈਪੀ ਮੈਂਬਰ ਸਾਹਿਬ ਦੀ ਆਓ ਜ਼ਰੂਰ ਨਾਲ ਹੀ ਜਿੰਨੇ ਵੀ ਪਤਵੰਤੇ ਸੱਜਣ ਆਏ ਸ੍ਰੀਨਗਰ ਦੇ ਜ਼ਰੂਰ ਆ ਜਾਓ ਜੀ ਸਾਰੇ ਜਿਹੜੇ ਸਟੇਜ ਤੇ ਆ ਜਾਓ ਜਿਹੜੇ ਵੀਰ ਭਰਾ ਬੈਠੇ ਆ ਥੱਲੇ ਇਹ ਸ੍ਰੀਨਗਰ ਦੇ ਵੀਰ ਜਿੰਨੇ ਵੀ ਪੁੱਜੇ ਆ ਜ਼ਰੂਰ ਸਟੇਜ ਤੇ ਆ ਜਾਣ ਸਾਰੇ ਵੀਰਾਂ ਨੂੰ ਸੱਦਾ ਸੰਦੀਪ ਸੈਂਡੀ ਵਧੀਆ ਵਧੀਆ ਸੰਦੀਪ ਉਧਰ ਗਿੱਲਾਂ ਨਾਲ ਜਸ਼ਨ ਦੇ ਕਮੈਂਡ ਤੇ ਹਣੀ ਸਦਾ ਵੀ ਰਾਮਪੁਰੀਆ ਹਣੀ ਰਾਮਪੁਰ ਦੀ ਆ ਜਾਓ ਤੁਸੀਂ ਵੀ ਤੇ ਗਿੱਲਾਂ ਨਾਲ ਜਸ਼ਨ ਵੀ ਆ ਜੇ ਸਾਡਾ ਆਪਣਾ ਮਾਨ ਸਨਮਾਨ ਲੈ ਲਈਏ ਆਪਾਂ ਜ਼ਰੂਰ ਆ ਜਾਣਾ ਓ ਬੱਲੇ ਵਾਹ ਓ ਮੁੰਡਿਓ ਬਿਕਰਮਜੀਤ ਗਿੱਲ ਸੈਮੀ ਚ ਬਨੇਰੀ ਸ਼ਾਲੂ ਸੈਮੀ ਚ ਵਿੱਕੀ ਬਿਕਰਮਜੀਤ ਗਿੱਲ ਆ ਗਿਆ ਭਰਾ ਆਪਣਾ ਜਸਪਾਲ ਬੰਗਰ ਵਾਲਾ ਟੌਪ ਦਾ ਕੱਪ ਕਰਾਇਆ ਜਸਪਾਲ ਬੰਗਰ ਵਾਲਿਆਂ ਨੇ ਪਿਛਲੇ ਦਿਨੀ ਵਿੱਕੀ ਸੈਮੀ ਚ ਸ਼ਾਲੂ ਬਨੇਰੀ ਪਹੁੰਚੀ ਆ ਇੱਕ ਟੀਮ ਉੱਧਰ ਸ਼ਿਵਾਜਪੁਰੀਆ ਸੱਤਾ ਵੀ ਪਹੁੰਚ ਗਿਆ ਕੈਲਪੁਰਗੇ ਸੈਮੀ ਚ ਇੱਕ ਐ ਮੈਚ ਦੀ ਜੇਤੂ ਸੈਮੀ ਚ ਜਾਊ ਇੱਕ ਬਨੇਰੀ ਬਾੜੀ ਦੇ ਭੈਣੀ ਬਾਈ ਦੀ ਜੇਤੂ ਸੈਮੀ ਜਾਊਗੀ ਦੋ ਟੀਮਾਂ ਸੈਮੀ ਚ ਪਹੁੰਚ ਗਈਆਂ ਸ਼ਾਲੂ ਬਨੇਰੀ ਤੇ ਕੈਲਪੁਰ ਆ ਮੈਚ ਨੇ ਦੁੱਖ ਤੋੜ ਦੇਣੇ ਆ ਲਵਦੀਪ ਉਹ ਬੱਲੇ ਕਿੰਡਿਆ ਚੰਦ ਵੱਜੇ ਵਾਲਾ ਵਾਹ ਕਿੰਡਿਆ
ਚੰਦਬਾਜ ਵਾਲੇ ਨੇ ਬਾਲ ਮਾਰਤੀ ਆ, ਮੈਚ ਬਾਲੇ ਤਗੜੇ ਬਣ ਜਾਣੇ ਆ ਵਿੱਕੀ, ਬਾਲੀ ਬੰਬ ਉੱਠਣੀ ਹੈ ਵਹਿੰਦੇ ਜਾਇਓ, ਤੂਫਾਨ ਆਉਣ ਤੋਂ ਪਹਿਲਾਂ ਦੀ ਸ਼ਾਂਤੀ ਹੈ। ਉਹ ਬੱਲੇ ਰਿੰਕੂ ਮਾਰ ਗਿਆ ਉੱਧਰ, ਵਧਾਈਆਂ ਵਾਲਾ ਬਾਲ ਰਿੰਕੂ, ਵਧਾਈਆਂ। ਸਕੋਰ ਕਿੰਨੇ ਹੋ ਗਏ? 10-10, 10-9। ਆ ਜਾ ਵੀ ਮੁੰਡਿਆ, ਮਾੜੀ ਸਾਈਡ ਦੇ ਦਿਓ ਬਾਈ, ਹਾਂ ਲਾਲਾ ਲਾਲਾ ਹੋਣੀ ਪੂਰੀ। ਇੱਕ ਦੀ ਕਰਾਉਣੇ ਕਹਿੰਦੇ, ਨਹੀਂ ਸੈਮੀ ਇੱਕ ਦੀ ਕਰਾਉਣੇ ਕਹਿੰਦੇ। ਲਵੀ ਜਸ਼ਨ ਆ ਜਾ ਵੀਰੇ ਸਟੇਜ ਤੇ, ਤੇਰਾ ਮਾਨ ਸਨਮਾਨ ਕੀਤਾ ਜਾਣਾ ਹੈ। ਵਿਕਰਮਜੀਤ ਬਹੁਤ ਧੰਨਵਾਦ, ਵੀਰੋ ਵੀ ਆਪਣਾ ਸਨਮਾਨ ਲਵੇਗਾ। ਥੈਂਕ ਯੂ ਥੈਂਕ ਯੂ। ਕਿੰਨੇ ਕਿੰਨੇ ਪੁਆਇੰਟ ਨੇ ਦੋਵੇਂ ਸੈਮੀ ਦੇ? ਫਾਈਨਲ ਇੱਕੋ ਦੇ ਕਰਾਉਣੇ। 10 ਨੰਬਰ ਆ ਜੱਟ ਵਾਲੇ ਦੀ ਟੀਮ ਦੇ, ਔਰ 9 ਪੁਆਇੰਟ ਆ ਫਰੋਸ਼ਾ ਬੀ ਵਾਲੇ ਮੁੰਡਿਆਂ ਦੇ। ਸਰਾਈ ਹੋ ਜੂ ਫਿਰ ਤਾਂ, ਚੀਜ਼ ਆ ਉਹਨਾਂ ਦਾ ਸਰਾਈ ਹੋ ਗਏ ਜਿਹੜੇ ਫੈਸਲੇ ਹੋਣੇ ਆ। ਮੈਂ ਕਹਾ ਨਜ਼ਾਰਾ ਹੀ ਆ ਜੂ ਲਾਈਵ ਦਾ। ਓ ਬੱਲੇ ਉੱਡਣਗੇ ਡੋਰੀਏ, ਫਿੱਟ ਹੁੰਦਾ ਤੇ ਪਟਾਕੇ ਉੱਧਰ ਪੂਰੇ ਪੈਂਦੇ ਆ। ਆਓ ਫੇਰੂ ਸ਼ਾ, ਓ ਬੱਲੇ ਭਾਜੀ ਮੋੜ ਦਿੰਦਾ ਇਹ ਆ ਫਰੋਸ਼ਾ ਬੀ ਵਾਲੇ, ਇੱਕ ਤਗੜਾ ਹੋ ਜਾ। 9 ਨੰਬਰ ਫਰੋਸ਼ਾ ਬੀ ਦੇ ਤੇ 10 ਪੁਆਇੰਟ ਆ ਜਿਹੜੇ ਜੱਟ ਵਾਲੇ ਦੀ ਟੀਮ ਦੇ ਆ। ਇੱਕ ਨੰਬਰ ਦਾ ਕਦੇ ਫਰਕ ਆ। ਉੱਧਰ ਰਾਮਪੁਰ ਦੇ ਹਣੀ ਦਾ ਸਨਮਾਨ, ਨਾਲ ਗਿੱਲਾਂ ਵਾਲੇ ਜਸ਼ਨ ਦੇ ਲਈ ਵੱਡੇ ਮਾਣ ਪਿਆਰ ਦਿੱਤੇ ਜਾ ਰਹੇ ਨੇ। ਬਹੁਤ ਬਹੁਤ ਧੰਨਵਾਦ ਸਾਰੇ। ਬਿਲਕੁਲ ਬਿਲਕੁਲ ਵਿੱਕੀ ਬਰਾੜ ਸਹੀ ਹੈ ਜਮਾਨੇ ਮਾ। ਓ ਰੱਬਾ, ਬਾਂਦਰ ਵਾਲਾ ਵਾਲ ਮਾਰ ਗਿਆ, ਓ ਬਾਂਦਰ ਵਾਲਾ ਗਲੈਡੀਏਟਰ ਗਲੈਡੀਏਟਰ ਬਾਲ ਮਾਰ ਗਿਆ। ਕਟਾਣੀ ਵਾਲਿਆ ਆਹ ਪਹਿਲਾਂ ਵਾਲੀ ਥਾਂ ਦੇ ਕਰਦੇ ਸੋਹਣੇ ਵੀਰਾਂ, ਫਰਿਆਦ ਬਮਾਲ ਟੋਟੀ ਦਾ ਬਾਂਦਰ ਵਾਲਾ ਫੈਲਰ ਮੀਡੀਅਮ ਨਹੀਂ ਹੈਗਾ ਕੱਲ ਨੂੰ ਫਰਿਆਦ ਬਾਲ ਆਉਟ ਨਿਕਲੀ ਜਿਹੜਾ ਬਾਲ ਆਉਟ ਨਿਕਲੀ ਕੀ ਕਰੇ ਬਾਲ ਲਾਉਂਦਾ ਸਟਾਮ ਦੀ ਰਹੀ ਬੰਦ ਨਹੀਂ ਲਾਉਂਦਾ। ਇਹ ਪੱਕੀ ਦਾ ਸਟਾਰ ਆ ਮੁੰਡਾ, ਇਹਦੀ ਅੱਜ ਥੋੜਾ ਝੁਕਣਾ ਪੈਂਦਾ। ਆਈ ਮੁੰਡ ਨਹੀਂ ਜਰਾ ਝੁਕਣਾ ਕੱਟ ਪਸੰਦਾ ਮਾਤਰਾ ਲਾ ਕੇ ਇੱਕ ਮਾਰੇ ਲਾ ਡੂਣਾ ਹਰ ਸਾਹਮਣੇ ਸਵਾਲ ਵੱਖਰਾ। ਆਈ ਮੁੰਡ ਜਰਾ ਇਹ ਵੀ 10 ਨੋਈਆਂ 29 10 ਫਿਰ ਤੇਜ 9 ਫਰੋਸ਼ਾ ਬੀ ਦੇ ਆ 10 ਨੰਬਰ ਜੱਟ ਵਾਲੀਆਂ ਦੇ ਬੜੀ ਚੁੱਪੀ ਦੀ ਟੱਕਰ ਆ ਹੁਣ 10-10 ਦੀ ਬਰਾਬਰੀ ਜਾਂ ਫਿਰ ਜੱਟ ਵਾਲੀਏ ਮੁੰਡੇ ਕਰਾਉਂਦੇ ਚੇਂਜ। ਆ ਮੁੰਡਾ ਗੁਰਪਿਆਨ ਸੰਧੂ ਵਾਲਾ ਬਹੁਤ ਚੋਟੀ ਦਾ ਡਿਫੈਂਸਰ ਆ ਦੁਨੀਆ ਦਾ ਮੁੰਡਾ। ਆ ਬੱਲੇ ਬੱਲੇ ਹੋਣੀ ਜ਼ਰੂਰ ਆ, ਹੋਣੀ ਜ਼ਰੂਰ ਆ ਬੱਲੇ 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 ਬੱਲੇ। ਇੱਕੋ ਨੈਟ ਤੇ ਉੱਡਣਗੇ ਡੋਰੀਏ, ਹੁਣ ਇੱਕੋ ਨੈਟ ਤੇ ਉੱਡਣਗੇ ਡੋਰੀਏ ਇੱਥੇ ਹੀ ਬਹਿ ਜਾਓ ਲੈਣ ਛੱਡ ਕੇ ਕਹਿੰਦਾ ਵਿੱਕੀ। ਪਰ ਫੁੱਡੇ ਦੀ ਉਮਰ 24-25 ਸਾਲ ਆ। ਆਹ ਸਾਹਮਣੇ ਸਵਾਦ ਵੱਖਰਾ ਵੱਜਿਆ ਹੋਇਆ, ਨਜ਼ਾਰੇ ਆਈ ਜਾਂਦੇ ਆ, ਨਜ਼ਾਰੇ ਜਾਈ ਜਾਂਦੇ ਆ। ਆਹ ਲੱਗਦੀ ਜਵਾਨੀ ਚੰਗੀ, ਹੱਸਦੀ ਤੇ ਖੇਡਦੀ, ਜੱਜ ਦਾ ਬੁਢਾਪਾ ਜੇ ਸਿਆਣੀ ਗੱਲ ਕਰੇ ਤਾਂ ਇੱਜ਼ਤ ਕੁਵਾਰੀ ਜਿਹੜੀ ਡਰ ਰੱਖੇ ਮਾਪਿਆਂ ਦਾ। ਆਹ ਸੂਰਵੇ ਦੀ ਸੋਭਾ ਜੇ ਮੈਦਾਨੇ ਜੰਗ ਲੜੇ ਤਾਂ, ਆਹ ਸੂਰਵੇ ਦੀ ਸੋਭਾ ਜੇ ਮੈਦਾਨੇ ਜੰਗ ਲੜੇ ਤਾਂ। ਜੰਗ ਜਾਰੀ ਆ, ਜਿੱਤਣਾ ਕਿਹੜੀ ਟੀਮ ਨੇ ਆ? ਸੁੱਖੂ ਸੈਮੀ ਜਾ, ਸੈਮੀ ਜਾ ਵੱਡਾ ਸੁੱਖੂ ਸੈਮੀ ਜਾ ਵੀਰੇ, ਆਊਟ ਆ ਜੀ, ਆਹ ਆਊਟ ਆ।
ਬਿੱਟੂ ਕਾਨੇ ਵਾਲੀ ਫੈਸਲੇ ਕਰਦਾ ਚੰਦਬਾਜੀ ਵਾਲੇ ਆ ਬਿੱਟੂ ਆ ਰਹੀ ਦਾ ਨੰਬਰ ਬੱਬੀ 10 ਨੂੰ ਚੇਂਜ ਆ ਫਿਰ 10 ਤੇ 9 ਹੀ ਆ ਕੰਮ ਅਜੇ 10 ਨਹੀਂ ਆ 9 ਪੁਆਇੰਟ ਆ ਉਧਰ 10 ਇਧਰ 9 ਉਧਰ ਪੜਿਆਰੀ ਬਾਗੜੀ ਤੇ ਭੈਣੀ ਬਾਈਆ ਉਹ ਵੀ ਕੁਆਟਰ ਕਹਿੰਦੇ ਲਾਸਟ ਹੈ ਹੈਵੀ ਰੂਪੀ ਸਹਾਰਨ ਬਾਜਰੇ ਵਾਲੇ ਆ ਇਸ ਤੋਂ ਬਾਅਦ ਸੈਮੀ ਚੱਲ ਪੈਣੇ ਆ ਤੇ ਫੇਰ ਮੋਟਰਸਾਈਕਲ ਦਾ ਜੇਤੂ ਆ ਮੁੰਡਾ ਜਿਹਨੇ ਸਰਵਿਸ ਕੀਤੀ ਆ ਹੁਣ 11ਵੇਂ ਦੀ ਟਰਾਈ ਕਰ ਰਿਹਾ ਬਿੱਟੂ ਆ ਮੁੰਡਾ ਕੌਣ ਜੋੜੂ 11ਵਾਂ ਨੰਬਰ ਆਪਣੀ ਟੀਮ ਦੇ ਲਈ ਮਸਲਾ ਹਿੰਡ ਦਾ ਫੇਰ ਚੇਂਜ ਫੇਰ ਚੇਂਜ ਪੜਿਆ ਲਿਖਿਆ ਖਿਡਾਰੀ ਫੇਰ ਚੇਂਜ ਆ ਜੀ ਜੰਡ ਵਾਲੇ ਕਾਇਬਰੀ ਖੋਸਾ ਇਹਨੇ ਐਮਏ ਬੀਐਡ ਕੀਤੀ ਆ ਟੈਟ ਦਾ ਟੈਸਟ ਕਲੀਅਰ ਆ ਮੁੰਡੇ ਦਾ ਪਰ ਮੁੰਡੀਆਂ ਵਾਲਿਆ ਵੇਖ ਲਾ ਖੇਡਦਾ ਵਾਲੀਬਾਲ ਫਿਰਦਾ ਤੇ ਲੋਕੀ ਕਹਿੰਦੇ ਪੰਜਾਬ ਤਰੱਕੀ ਕਰ ਗਿਆ ਇਹਨਾਂ ਪੜ੍ਹ ਲਿਖ ਕੇ ਔਰ ਦੇਖੋ ਸਾਹਮਣੇ ਤਕਦੀਰਾਂ ਨੇ ਸੌਂਦੇ ਆ ਬੜਾ ਪੜਿਆ ਲਿਖਿਆ ਮੁੰਡਾ ਪਰ ਚੰਦਬਾਜੇ ਵਾਲਾ ਕਹਿੰਦਾ ਕੋਈ ਡਿਗਰੀ ਡਿਪਲੋਮਾ ਨਹੀਂ ਕੀਤਾ ਜ਼ਰੂਰ 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 ਔਨ ਫਾਇਰ ਉਹ ਅਰਸ਼ ਔਨ ਫਾਇਰ ਹੋ ਗਿਆ ਕੰਮ ਪਰ ਸਾਡਾ ਕੋਰਸ ਕਟਾਪੇ ਵਾਲਾ ਕਾਇਬਰੀ ਖੋਸਾ ਵੱਡੀਆਂ ਸਪੋਰਟਾਂ ਭੇਜੀਆਂ ਕਾਇਬਰੀ ਖੋਸਾ ਥੈਂਕ ਯੂ ਵੀਰੇ ਉਹ ਬੱਲੇ ਖੇਡ ਦੇ ਮੈਦਾਨ ਵਿੱਚ ਨਵੀਂ 10 ਦਾ ਨੰਬਰ ਹੋ ਗਿਆ ਬੱਬੀ 10 ਨੰਬਰ ਦੋਵਾਂ ਟੀਮਾਂ ਦੇ ਗੌਰਵ ਗਿੱਲ ਪਰਿਵਾਰ ਦਾ ਆਓ ਸਾਹਮਣੇ ਕੌਣ ਜੋੜੂ 11ਵਾਂ ਵਾਂਦਣਾ ਲਿਆ ਜਦੋਂ ਤੇਰੇ ਤੇ ਪਾਲ ਜੀ ਮਨੋਜ ਗਰਵਾਸਰਾ ਵਧੀਆ ਵਧੀਆ ਮਨੋਜ ਗਲਤੀ ਕਰ ਗਿਆ ਮਨੋਜ 5-5 10-10 15-15 ਸ਼ੇਅਰ ਕਰੀਓ ਖਿੱਚ ਕੇ ਸਾਰੇ ਜਣੇ ਨਜ਼ਾਰੇ ਬਣੇ ਖੜੇ ਪੂਰੇ ਟੌਪ ਦੇ ਮੈਚ ਬਰਾਬਰ ਆ ਮੈਚ ਸਕੋਰ ਦਾ ਦਾ ਦੀ ਬਰਾਬਰੀ ਤੋਂ ਜੀਤੀ ਬਾਈ ਪ੍ਰਾਪਤ ਕਰੇ ਜੋਤੀ ਬਾਈ ਜੋਤੀ ਬਾਈ ਗੋਪੀ ਦਾ ਸਨਮਾਨ ਪ੍ਰਾਪਤ ਕਰ ਲਾ ਗੋਪੀ ਕੈਨੇਡਾ ਦਾ ਸਨਮਾਨ ਜੋਤੀ ਬਾਈ ਪ੍ਰਾਪਤ ਕਰ ਲਵੇ ਸਟੇਜ ਤੇ ਆ ਕੇ ਜਾਨ ਤੇ ਪੂਰੀ ਲੱਗੀ ਪਈ ਆ ਸ਼ਬਦ ਥੰਮਣ ਵਧੀਆ ਵਧੀਆ ਸ਼ਬਦ 11ਵਾਂ ਜੁੜ ਗਿਆ ਜੰਡ ਵਾਲੇ ਦੇ ਖਾਤੇ 11-10 ਉਧਰ 11-10 ਜੰਡ ਵਾਲੇ ਦੇ 10 ਫੇਰੂ ਸ਼ਹਿਰ ਦੀ ਟੀਮ ਦੇ ਗੁਰਦੀਪ ਖਿੱਲ ਮੇਜਰ ਬਰਾੜ ਕਲੱਬ ਦੀ ਟੀਮ ਦੇ 10 ਆ ਤੁਹਾਡੇ ਜੰਡ ਵਾਲੇ ਪਿੰਡ ਦੇ ਇੱਕ ਮੁਕਸਰੀਆ ਖੜਾ ਇੱਕ ਮੋਗੇ ਵਾਲਾ ਉੱਚੇ ਲੰਮੇ ਕੱਦ ਦਾ ਮਾਲਕ ਆ ਆਲ ਇੰਡੀਆ ਵਾਲੇ ਵੱਡੇ ਵੱਡੇ ਖਿਡਾਰੀਆਂ 'ਚ ਵੱਡਾ ਬੋਲ ਵਾਲਾ ਬਾਂਦਰਾਂ ਦੇ ਜੱਜ ਦੇ ਬਾਰਾਂ ਦੇ 10 ਦੀ ਟੱਕਰ ਜੇਕਰ
ਜੰਗ ਵਾਲੀਆਂ ਦੀ ਖੇਡ ਚ ਦਮ ਲੱਗਾ, ਇੱਕ ਤਾਲੀ ਮਾਰਦੇ ਹਨ ਜੰਗ ਵਾਲੇ ਦੀ ਟੀਮ ਦੇ ਲਈ। ਇੱਕ ਪਾਸੇ ਦੁਨੀਆਂ ਦੀ ਵੱਡੀ ਟੀਮ, ਮੁੰਡੇ ਫੇਰੂ ਸ਼ਹਿਰੀਏ ਹਰ ਰੋਜ਼ ਖੇਡਣ ਜਿੱਤਣ ਵਾਲੇ, ਜੰਗ ਵਾਲੀਏ ਕਦੇ ਕਦੇ ਆਉਂਦੇ ਨਾ ਗਰਾਊਂਡਾਂ 'ਚ, ਬੁੱਢੇ ਅੜਗੇ ਗੁਰਪਿਆਰ ਅੜਗੇ, ਆਲ ਇੰਡੀਆ ਦਾ ਪਾਲਾ ਉਹ ਬਾਂਦਰ ਵਾਲਾ ਕਹਿੰਦੇ ਮਿੱਤਰੋ ਬਾਲ ਵਾਲਾ ਉਹ ਤਿਆਰੀ ਕਰ ਲਓ ਬਾਂਦਰ ਵਾਲਾ ਤੇ ਗਲੇਡੀਏਟਰ ਕਿੱਥੇ ਭਜਦਾ ਬਾਲ ਤੇਰੇ ਤੇ ਲਾਉਣੀ ਆ ਅੱਖ ਗਿੱਲਾਂ ਦੇ ਮੁੰਡੇ ਦੀ ਵੀ ਚੰਨ ਮਾਹੀ ਵਧੀਆ ਵਧੀਆ ਬਾਲ ਬਹੁਤ ਧੰਨਵਾਦ ਜੀ ਉਹ ਤੇਰੇ ਤੇ ਲਾਉਣ ਨੂੰ ਫਿਰਦਾ ਤੇ ਜੱਜ ਵੀ ਕਹਿੰਦਾ ਵੀ ਹਾਲੇ ਤੱਕ ਆਹੀ ਕੁਝ ਕੀਤਾ ਹੋਰ ਕੀਤਾ ਸਾਹਮਣੇ ਫੈਸਲੇ ਹੋਣੇ ਆ ਆਹ ਸਵਾਲ ਕਿਤੇ ਵੱਖਰਾ ਬਾਰਾਂ ਤੇ ਦਸ ਦਾ ਮੁਕਾਬਲਾ ਕਰਦੇ ਮੁੰਡੇ ਕੌਣ ਜੋੜੂ ਓਏ ਪੈਸੇ ਲੈ ਜਾ ਕੇ ਪੈਸੇ ਲੈ ਆ ਪੈਸੇ ਦੋ ਸੌ ਰੁਪਇਆ ਮੇਰੇ ਵੱਲੋਂ ਗੌਰਵ ਜਿੱਤ ਗਿਆ ਗੌਰਵ ਨੂੰ ਜੱਜ ਜਿੱਤ ਗਿਆ ਜੱਜ ਨੂੰ ਦੋ ਸੌ ਰੁਪਇਆ ਗਿਆ ਚੰਦਰ ਢਿੱਲੋਂ ਵਧੀਓ ਜੇ ਗੌਰਵ ਜੱਜ ਦੇ ਬਾਲ ਲਾ ਗਿਆ ਨਹੀਂ ਨਹੀਂ ਦੋ ਸੌ ਗੌਰਵ ਦਾ ਜੇ ਜੱਜ ਜਿਹੜਾ ਜਿੱਤ ਗਿਆ ਜਿਹੜਾ ਜਿੱਤ ਗਿਆ ਬਾਲ ਲਾ ਗਿਆ ਨਹੀਂ ਢਿੱਲੋਂ ਜਿੱਤਣ ਹਾਰ ਦੀ ਸੱਤ ਗੱਲ ਨਹੀਂ ਨਹੀਂ ਕੋਈ ਨਹੀਂ ਆਪਾਂ ਚੱਲ ਕੋਈ ਜੇ ਜੱਜ ਲਾ ਗਿਆ ਗੌਰਵ ਦੇ ਬਾਲ ਦੋ ਸੌ ਜੱਜ ਦਾ ਜੇ ਗੌਰਵ ਜੱਜ ਦੇ ਬਾਲ ਲਾ ਗਿਆ ਦੋ ਸੌ ਗੌਰਵ ਦਾ ਝੱਖੜ ਵਾਲੀਏ ਢਿੱਲੋਂ ਬੰਦੀ ਉਬਾਨ ਹੋਣਗੇ ਦੋ ਸੌ ਆ ਮੇਰੇ ਕੋਲੇ ਨਾਵੇਂ ਡੈਮੰਡ ਦੇ ਬਾਲ ਤੇ ਜਸਵਿੰਦਰ ਦਾ ਦੋ ਸੌ ਤੇਰਾ ਇਹਦਾ ਨਾਂ ਵੀ ਜਸਵਿੰਦਰ ਸਿੰਘ ਜੱਜ ਆ ਤੇ ਦੋ ਸੌ ਜਸਵਿੰਦਰ ਸਿੰਘ ਢਿੱਲੋਂ ਨੇ ਪਹੁੰਚਦਾ ਕਰ ਦਿੱਤਾ ਬਹੁਤ ਬਹੁਤ ਧੰਨਵਾਦ ਬਵਿੰਦਰ ਪ੍ਰਵਾਨ ਸਾਰ ਹਾਂਜੀ ਹਾਂਜੀ ਵੀਰੇ ਮੈਂ ਵੀ ਦਸ ਬਾਰਾਂ ਦੇ ਦਸ ਬਾਰਾਂ ਜੀ ਇਹ ਵੀ ਗੱਲ ਠੀਕ ਹੈ ਨਾ ਦਸ ਬਾਰਾਂ ਫਰੋਸ਼ਾ ਪੀ ਦੇ ਦਸ ਤੇ ਕਿਹੜੇ ਬਾਰਾਂ ਦੀ ਟੱਕਰ ਆ ਰੂਪ ਫਰੋਸ਼ਾਂ ਦੀ ਧਰਤੀ ਰਾਗਲੀ ਸਰਵਿਸ ਕਰ ਲਈ ਤਿਆਰ ਪਰ ਤਿਆਰ ਆ ਮੁੰਡਾ ਆਓ ਚੀਰ ਵਾਲੀ ਕੰਧ ਲੋਕੀ ਕਹਿਣ ਰੂਪੇ ਨੂੰ ਇੱਕ ਸੰਤਾਲੀ ਦੁਨੀਆ ਕਹਿੰਦੀ ਚੱਕਾ ਦੇ ਚੂਪੇ ਨੂੰ ਆ ਇਧਰਲੇ ਪਾਸੇ ਦਸ ਤੇ ਬਾਰਾਂ ਦੀ ਟੱਕਰ ਕਿੰਨਾ ਮਿੱਠਾ ਬੋਲ ਰਿਹਾ ਗਿਆਰਾਂ ਬਾਰਾਂ ਬਾਰਾਂ ਜੰਡ ਵਾਲੇ ਬਾਈ ਜਿੱਤੇ ਜਿਹੜੀ 11-12 ਪਰ ਜੇ ਸੱਜੇ ਦੇ ਲੋ ਮੈਚ ਵਧੀਆ ਲੱਗਿਆ ਇੱਕ ਵਾਰੀ ਤਾੜੀ ਮਾਰ ਲੁਧਿਆਣੇ ਵਾਲੇ ਜ਼ੋਰਦਾਰ ਟੀਮਾਂ ਦੇ ਲਈ ਆਹ 11 ਫਿਰੋਜ਼ਪੁਰੀਆਂ ਦੇ 12 ਫਰੀਦਕੋਟੀਆਂ ਦੇ 11 ਦੇ 12 ਰਸ਼ੀਅਨ ਟੈਂਕ ਆ 8 ਗਰੇਡੀ ਉੱਤਰਦੇ ਆ ਕੱਲੇ ਕੱਲੇ ਦੀ ਵੀ ਕੱਦ ਕਿੱਡਾ ਵੱਡਾ ਫੱਟੇ ਦਾ ਚਾੜ ਕਿੰਨੀ ਹੋਣੀ ਆ ਜਦੋਂ ਬਾਲ ਲਾਉਂਦਾ ਨਾ ਤੇ ਦੁਨੀਆ ਵੇਦੀ ਖੜੇ ਹੋ ਹੋ ਹਰ ਜੱਟਾਂ ਦੀਆਂ ਬੁੱਢਾ ਗਲਤੀ ਪੁਆਇੰਟ ਪੁਆਇੰਟ ਵਕੀਰ ਜੋਸ਼ਨ ਜੀ 12-12 ਪੁਆਇੰਟ ਹੋ ਗਏ ਮੇਰੇ ਖਿਆਲ ਚ ਉਧਰ ਹਾਕਮ ਸਾਡਾ ਵੀਰ ਕਨੇਡਾ 12-12 ਉਹ ਕਹਿੰਦਾ ਲੰਬਾ ਫਰੋਸ਼ਾ ਲਾ ਦੇ ਵਾਂਦਰ ਵਾਲੇ ਜੱਜ ਦੇ ਬਾਲ ਲਾਉਂਦਾ
ਤੇ 500 ਦਿੱਤਾ ਜਾਣਾ। ਹਾਕਮ ਸਾਡਾ ਵੀਰ ਕੈਨੇਡਾ ਵੱਡੇ ਯੋਗਦਾਨ ਵੀ ਆ, ਔਰ ਭਰਾ ਸਾਡਾ ਕਹਿੰਦਾ ਜੇਕਰ ਲੱਭਾ ਬਾਲ ਜੱਜ ਤੇ ਲਾਵੇ ਤੇ 500 ਦਿੱਤਾ ਜਾਵੇਗਾ, ਵੱਡੀ ਗੱਲਬਾਤ ਹੈ। ਹਾਕਮ ਸਾਡਾ ਵੀਰ ਕਹਿ ਰਿਹਾ ਮਾਣ ਸਨਮਾਨ ਕੀਤੇ ਜਾਣੇ ਆ, ਵੀ ਮਾਣ ਸਨਮਾਨ ਸਾਨੂੰ ਬਾਬਾ ਜੀ ਨੇ ਬਖਸ਼ੇ ਬਖਸ਼ੇ, ਆਓ ਸਾਡੀ ਮਿਹਨਤ ਨੂੰ ਫਲ ਲੱਗੇ, ਕਿਉਂ ਚੁਗਲਾਂ ਦੇ ਨਾਗ ਲੜਦੇ ਰੱਬ ਨੇ ਤਰੱਕੀ ਬਾਰਾਂ ਦੀ ਬਰਾਬਰੀ, 12-12 ਹੋ ਗਏ ਤਾਣੀ ਬਾਰੇ ਕੀ ਖਿਆਲ, 12-12 ਦੀ ਹੁਣ ਬਰਾਬਰੀ ਆ, ਵੀ ਭੱਜਦਿਆਂ ਨੂੰ ਇੱਕੋ ਜਿੱਕੇ ਹਾਰ ਮਿੱਤਰੋ, ਅੱਜ ਟੱਕਰੇ ਹਾਰੀਆਂ ਨੂੰ ਹਾਰ ਮਿੱਤਰੋ, ਇਨਬਾਲ ਇਨਬਾਲ ਲੱਖ ਲੱਖ ਬਿਲਕੁਲ ਬਿਲਕੁਲ ਫਰਿਆਦ ਬਮਾਲ ਸ਼ੇਅਰ ਕਰਿਓ, ਕਰਨ ਧਾਲੀਵਾਲ ਜਿੱਤ ਕੇ ਸ਼ੇਅਰ ਕਰਿਓ ਸਾਰੇ ਜਣੇ, ਪੈ ਗਈ ਆ ਚਾਰ ਚਫੇਰੇ ਚੇਂਜ ਆ, ਫੇਰ 12 ਵੀ ਚੇਂਜ, ਜੰਗ ਵਾਲੀ ਹੈ ਮੁੰਡੇ ਇੱਕ ਪਾਸੇ ਦੂਜੇ ਪਾਸੇ ਲਵਦੀਪ ਆਊਟ ਆ, ਫੇਰ ਚੇਂਜ ਲਵਦੀਪ ਤੋਂ ਬਾਲ ਆਊਟ ਵੱਜ ਗਈ ਆ, ਜਿਹੜੀ ਤੇਜ਼ ਹੈ 12 ਜੰਗ ਵਾਲਾ ਤੇ 12 ਫਰੋਸ਼ਾ ਲੈ ਰਿਹਾ, ਪੀਤੇ ਨੂੰ ਚਾਹ ਪਾਣੀ ਪਿਆਰੇ ਮੁੰਡਿਆ, ਗੱਲ ਪੀਤੇ ਤੇ ਖੜ ਗਈ ਆ ਕੇ ਸਾਰੀ ਦੀ ਸਾਰੀ, ਆ ਲੱਭਾ ਦੇ ਜੱਜ ਦੇ ਬਾਲ ਮਾਰਦਾ ਹਾਕਮ ਕੈਨੇਡਾ ਵਾਲਾ, ਵੀਰ ਕਹਿੰਦਾ ਵੀ 500 ਦਾ ਮਾਨ ਕਰ ਦੇਣਾ ਆਪਾਂ ਗੱਭਰੂ ਦਾ, ਜੇ ਬਾਲ ਜੱਜ ਦੇ ਗੌਰਵ ਲਾ ਗਿਆ ਤੇ 200 ਜਸਵਿੰਦਰ ਵੱਲੋਂ, ਜੇ ਬਾਂਦਰ ਵਾਲਾ ਲਾ ਗਿਆ ਗੌਰਵ ਤੇ ਬਾਲ 200 ਜੱਜ ਦਾ, ਜੇ ਬਾਲ ਨਾ ਲੱਗੀ ਫਿਰ ਜਿੱਤਾਂ ਹਾਰਾਂ ਤੇ ਦੇ ਦਿਆਂਗੇ, ਜਸਵਿੰਦਰ ਝੱਖਰ ਵਾਲੀਆ ਬਾਲ ਵੱਡੇ ਕਰ ਰਹੇ ਨੇ ਖਿਡਾਰੀਆਂ ਦੇ, ਗੱਲ ਪੈਸੇ ਦੀ ਨੀ ਗੱਲ ਪਿਆਰ ਸਤਿਕਾਰ ਦੀ ਹੁੰਦੀ ਆ, ਆਹ ਗੱਲ ਬੰਦੇ ਦੀ ਮਿਹਨਤ ਦੀ ਹੁੰਦੀ ਆ, ਰੋਸ਼ਾ ਦਾ ਗੌਰਵ ਗਲਤੀ ਕਰ ਗਿਆ, 13 ਹੋ ਗਏ 13-12 ਮੋਟੂ ਕੀ ਹਾਲ ਆ ਵੀਰੇ, ਨੱਥੂ ਵਾਲੀਆ ਮੋਟੂ ਕੈਨੇਡੀਅਨ ਬ੍ਰੈਂਪਟਨ, ਮੋਟੂ ਬ੍ਰੈਂਪਟਨ ਵੈਲਕਮ ਵੀਰੇ, ਨੱਥੂ ਵਾਲੀਆ ਕੀ ਹਾਲ ਚਾਲ, ਚੰਨਮਾਹੀ ਉਧਰ 13 ਹੋ ਗਏ ਜਾਂਡਲੇ ਦੇ 12 ਕੈਮਰੇ ਸਾਹਮਣੇ, ਰੋਸ਼ਾ ਬੀ ਗੁਰਦੀਪ ਗਿੱਲ ਮੇਜਰ ਬਰਾੜ ਕਲੱਬ ਦੇ ਔਰ ਉਧਰ ਖੰਜਰ ਵਾਲੀ ਆ ਤਰਲੋਕ ਫਿੱਟ ਹੋਇਆ ਫਿਰਦਾ, ਭੈਣੀ ਪਾਈ ਵਾਲੇ ਮੁੰਡੇ ਆ ਚੱਕਰਾਂ ਚ ਪਾਈ ਫਿਰਦੇ ਆ, ਪੰਧਿਆਰੀ ਦੀ ਟੀਮ ਕਹਿੰਦੇ ਵੱਡੀ ਬਣੀ ਆ, ਔਰ ਅੱਜ ਕੀ ਕਹਿੰਦੇ ਜੇ ਜਿੱਤਦੇ ਆ ਮਾਨ ਸਨਮਾਨ ਵੱਡੇ ਹੋਣੇ ਆ, 13-12 ਦੀ ਟੱਕਰ ਆ, ਹੁਣ 14 ਨੰਬਰ ਕਿਹੜੇ ਗੱਭਰੂ ਨੇ ਜੋੜਨਾ ਆਪਣੀ ਟੀਮ ਦੇ ਲਈ, ਆ ਪਤਾ ਕਹਿੰਦੇ ਹੁਣੇ ਲੱਗ ਜਾਣਾ, ਆ ਸਾਹਮਣੇ ਪੀਤਾ ਇੱਧਰ ਪਿੱਟੂ ਆ ਚੰਦ ਬਾਜੇ ਵਾਲਾ, ਓਕੇ ਓਕੇ ਪਾਲ ਸੇਖੋ ਬਾਈ ਖੜਾ ਓਕੇ ਓਕੇ ਸੇਖੋ ਸਾਹਿਬ, ਆਓ ਖੇਡ ਵੇਟ ਕਰੋ ਜੀ, ਜਾਂਡਲਾ ਟੂਰਨਾਮੈਂਟ ਜਾਂਦੀ ਆ 11,000 ਬਾਈ ਪਾਲ ਵੱਲੋਂ, ਲੋਕੀ ਵੇਦੇ ਹੈਲੋ ਫੜ ਕੇ ਨਵੇਂ ਪਿੰਡ ਦਾ ਰਾਜਾ ਖੇਲਾ, ਮੇਰੇ ਪਾਸ ਚੁੱਕ ਕੇ ਚੜ ਚੜ ਕੇ ਇਹ ਪੁੱਤਾਂ ਜੰਦਲੀਆਂ 11,000 ਰੁਪਏ ਸ਼ੇਅਰ ਕਰ ਦੇ ਕਰਦੇ ਪਾਲ ਸਿੱਖਾ ਕੈਲਗਰੀ ਵਾਲਾ, ਹਰਸ਼ ਕੁਮਾਰ ਦਮੀਜਾ ਜੀ, ਰਵਿੰਦਰ ਰਿੰਕਾ ਰਿੰਕੇ ਕੀ ਹਾਲ ਆ ਵੀਰੇ, ਓਕੇ ਓਕੇ ਬਾਈ ਪਾਲ ਸਿੱਖੋ, ਕਿੰਨੇ ਪੁਆਇੰਟ ਕਿੰਨੇ ਆ, 12-14 ਜੀ, 12 ਫਰੋਸ਼ਾ 20, 14 ਪੁਆਇੰਟ ਜੰਡਲਾ, 12-14 12-14 ਲਵਦੀਪ ਆ ਗਿਆ ਵੀਰੇ ਇੱਧਰ ਸੈਂਟਰ ਦੇ ਵਿੱਚ, ਤਕੜਾ ਮੈਚ
12-14 ਉਧਰ ਜੇ ਟੂਰਨਾਮੈਂਟ ਜਿੱਤਦੇ ਆ ਜੀ ਜਾਂ ਟਲੀਏ ਉਧਰ ਪਾਲ ਸਿੰਘ ਨੂੰ ਸਾਡਾ ਵੱਡਾ ਬਾਈ ਆ ਕਿਤੇ ਕੈਲਗਰੀ ਬੈਠਾ ਵੀਰ ਸਾਡਾ ਸ਼ੇਰਗੜ੍ਹ ਪਿੰਡ ਹੈ ਬਾਬਾ ਫਲਾਈ ਸਾਹਿਬ ਦੀ ਉਹ ਧਰਤੀ ਹੈ ਪਾਲ ਸਿੰਘ ਦੇ ਬੰਦੀਓ ਐਲਾਨ ਹੈ ਜੇਕਰ ਜੱਟ ਵਾਲੇ ਦੀ ਟੀਮ ਅੱਜ ਭੈਣੀ ਸਾਹਿਬ ਦਾ ਕੱਪ ਜਿੱਤਦੀ ਹੈ ਤੇ 11,000 ਦਿੱਤਾ ਜਾਊਗਾ 30,000 ਪਹਿਲਾ ਨਾਮ ਹੈ 21 ਸਿੰਘ ਜਸਮੇਲ ਬਾਈ ਨੇ ਐਡ ਕੀਤਾ ਹੈ ਜੇ ਜੱਟ ਵਾਲੀਏ ਜਿੱਤ ਗਈ ਸੈਮੀ ਚ ਸਾਨੂੰ ਰਹੀ ਸੈਮੀ ਚ 1,000 ਰੁਪਇਆ ਪਾਲ ਸੇਖੋ ਕੈਲਗਰੀ ਵਾਲਾ ਵੱਡਾ ਬਾਈ ਬੁਲੰਦਾ ਬਾਈ ਕਹਿੰਦਾ ਵੀ 11,000 ਦੇ ਟੂਰਨਾਮੈਂਟ ਸਤਨਾਮ ਬਾਈ ਕਰਾਂਗੇ ਅਪਡੇਟ ਅੱਜ ਦਾ ਮੇਲਾ ਜਿੱਤਦੇ ਆ ਸਤਨਾਮ ਬਾਈ ਕਰਾਂਗੇ ਅਪਡੇਟ ਪੇਜ ਤੇ ਬਣੇ ਰਹੋ ਗੱਲਬਾਤ ਵੱਡੀ ਹੁੰਦੀ ਹੈ ਨਵਦੀਪ ਸਿੰਘ ਲੱਭਾ ਸੈਂਟਰ ਚ ਆ ਗਿਆ ਗੁਰਵੀਰ ਸਿੰਘ ਬੁੱਢਾ ਆਹ ਜੱਟ ਵਾਲੇ ਪਿੰਡ ਦਾ ਪਾਲਾ ਲਾਉਂਦਾ ਗਰਮੀ ਖਾ ਕੇ ਆ ਸਿੰਘ ਫਸ ਗਏ ਕੁੰਡੀਆਂ ਦੇ ਮਿੱਤਰਾਂ ਬਹਿ ਜਾ ਗੋਡੀ ਲਾ ਕੇ ਆਹ ਸਿੰਘ ਫਸ ਗਏ ਕੁੰਡੀਆਂ ਦੇ ਮਿੱਤਰਾਂ ਬਹਿ ਜਾ ਗੋਡੀ ਲਾ ਕੇ ਕੁੰਡੀਆਂ ਦੇ ਸਿੰਘ ਫਸ ਗਏ ਆ ਹੁਣ ਜਿੱਤਣਾ ਕਿਸੇ ਇੱਕ ਟੀਮ ਨੇ ਆ ਪਰ ਚੋਰ ਦੋਵਾਂ ਟੀਮਾਂ ਦਾ ਪੂਰਾ ਲੱਗਣਾ ਜੱਜ ਦੇ ਗੌਰਵ ਦੀ ਟੱਕਰ ਆ ਆਹ ਸਾਹਮਣੇ ਜਿਹੜਾ ਬਾਲ ਲਾ ਗਿਆ ਵੱਡੇ ਬਾਲ ਹੋਣਗੇ ਹਾਕਮ ਕਨੇਡਾ ਕਹਿੰਦਾ ਜੱਜ ਤੇ ਬਾਲ ਲਾਉਂਦਾ ਤੇ 500 ਦਿੱਤਾ ਜਾਣਾ ਆਮ ਸਨਮਾਨ ਜਿਹੜੇ ਵਿਸ਼ੇਸ਼ ਤੌਰ ਤੇ ਕੀਤੇ ਵੈਲਕਮ ਜੀ ਵੈਲਕਮ ਬਾਈ ਪਾਲ ਸਿੱਖੋ ਕੈਲਗਰੀ ਰਵਿੰਦਰ ਗਿੱਲ ਕੋਈ ਗੱਲ ਨੀ ਕੈਲਗਰੀ ਵਾਲਿਓ ਬਹੁਤ ਧੰਨਵਾਦ ਤੁਹਾਡਾ ਤੁਹਾਡਾ ਹੀ ਲਾਈਵ ਆ ਤੁਹਾਡਾ ਹੀ ਪੇਜ ਹੈ ਤੁਹਾਡੇ ਜਸਵਿੰਦਰ ਢਿੱਲੋਂ ਆਪਾਂ ਤੁਹਾਡੇ ਸੇਵਾਦਾਰ ਬਾਈ ਨੌਕਰ ਹੈ ਆਪਣਾ ਕੰਮ ਹੈ ਫਰਜ਼ ਹੈ ਜੌਬ ਆਪਣੀ ਨੋ ਪ੍ਰੋਬਲਮ ਬਾਈ ਪਿੰਡ ਬੜਾ ਮਸ਼ਹੂਰ ਪਿੰਡ ਆ ਜਿਲ੍ਹੇ ਫਰੀਦਕੋਟ ਦਾ ਉਧਰ ਫਿਰੋਜ਼ਪੁਰ ਏਰੀਏ ਦੀ ਵੱਡੀ ਉਹਨੂੰ ਕਹੋ ਨਾ ਛੇੜੋ ਯਾਰ ਗਿੱਲਾਂ ਦਾ ਮੁੰਡਾ ਢਿੱਲੋਂ ਬਾਲ ਜੱਜ ਤੇ ਲਾ ਗਿਆ ਆਹ ਡਿੱਗ ਪਊਗੀ ਇਹਨੂੰ ਨਾ ਹਿਲਾਓ ਕਿਆ ਬਾਈ ਲਾਈਟਾਂ ਨਾ ਹਿਲਾਓ ਕਹਿ ਲਾਈਟਾਂ ਨਾਲ ਝੁੱਲੀ ਜਾਂਦੇ ਮੁੰਡੇ ਲਾਈਟਾਂ ਝੁੱਲੀ ਜਾਂਦੇ ਇਹਦੇ ਨਾਲ ਲਾਈਟਾਂ ਦਾ ਸਹਾਰਾ ਨਾ ਲਓ ਜੀ ਫੁੱਲਾਂ ਦਾ ਡੈਗ ਉਹਦੇ ਡੈਗ ਸੱਤਾ ਸੈਮੀ ਜਬਰੇ ਸੱਤਾ ਸ਼ਾਲੂ ਸੈਮੀ ਚ ਦੋ ਕੁਆਟਰ ਚੱਲੀ ਜਾਂਦੇ ਆ 12-14 ਹੋ ਗਏ 13-14 13-14 ਰੋਸ਼ਾ ਪੀ ਦੇ 14 ਪੁਆਇੰਟ ਆ ਜੱਟ ਵਾਲੇ ਦੇ ਕਿ 14-14 ਹੋ ਗਏ 14-14 ਦੀ ਬਰਾਬਰੀ ਹੈ ਵੈਰੀ ਸੌਰੀ 14 ਬਰਾਬਰੀ ਤੇ ਆ ਗਿਆ 14 ਫਰੋਸ਼ਾ ਦੀ ਤੇ 14 ਹੀ ਜਾਂਦਾ ਨਾ ਸੱਤਾ ਸੈਮੀ ਜਾ ਬਾਈ ਇੰਡੀਆਂ ਦੇ ਜਾ ਕੇ ਪਤਾ ਲੱਗ ਗੈਰਪੁਰ ਸੈਮੀ ਜਾ ਸ਼ਾਲੂ ਭਨੇਰੀ ਸੈਮੀ ਜਾ ਦੋ ਕੁਆਟਰ ਚੱਲੀ ਜਾਂਦੇ ਆ ਬਾਂਦਰ ਵਾਲਿਆ ਤਗੜਾ ਹੋ ਜਾ ਕੱਲੀ ਕੱਲੀ ਅੱਖ ਤੇਰੇ ਤੇ ਆ ਲੱਭਾ ਸੈਂਟਰ ਚ ਆਇਆ ਮੈਚ ਬਰਾਬਰ ਕਰਦਾ ਮੁੰਡੇ ਨੇ ਕੌਣ ਜੋੜਦਾ 15ਵਾਂ ਪਹਿਲਾ ਅੱਖ ਕਿਵੇਂ 15ਵੇਂ ਨੰਬਰ ਤੇ ਆ ਦੋਵੇਂ ਟੀਮਾਂ ਖਿੱਚਿਓ ਕੰਮ ਨੂੰ ਵੱਡੇ ਵੱਡੇ ਖਿਡਾਰੀ ਵੱਡੇ ਰਿਕਾਰਡ ਬਣਨੇ ਅੱਜ ਕਿਹੜੇ ਸ਼ਿਕਾਰ ਬਣੇ ਹੋਏ ਆ ਵੀ ਖੇਡ ਵਾਲਾ ਦਾਤਾ ਐਵੇਂ ਕਿਸੇ ਤੇ ਨਹੀਂ ਸੜੀ ਦਾ ਉਹਦੀਆਂ ਦਿੰਦੀਆਂ ਦਾ ਸ਼ੁਕਰਾਨਾ ਬਸ ਕਰੀ ਦਾ ਸੁਖੀ ਲੋਕੋ ਉਹ ਬੰਦਾ ਵਾਧਾ ਦੀ ਅੱਗੇ ਵਿੱਚੋ ਵਿੱਚ ਬੈਠਾ ਜਿਹੜਾ ਢੋਲੀ ਜਾਵੇ ਜ਼ਹਿਰ ਬਾੜੀ ਦਾ ਭੈਣੀ ਬਾਈ ਨਾਲ ਕੁਆਟਰ ਚੱਲੀ ਜਾਂਦਾ ਬਾਈ ਤਰੱਕੀ ਇਹ ਮਿਲ ਜੇ ਤਰੱਕੀ ਫੇਰ ਛੱਡੀ ਦੇ ਨਹੀਂ ਪੈ ਦਵਿੰਦਰ ਦਿਲ ਮਿਲ ਜਾਂਦੀ ਆ ਤਰੱਕੀ ਓਕੇ 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 ਬੋਲਦੇ ਬੋਲਦੇ ਦਵਿੰਦਰ ਦਵਿੰਦਰ ਮਨੀਲਾ ਵੇਟ ਕਰੀ ਬਾਈ 15-14
15 14 19 ਨੰਬਰਾਂ ਦੀ ਗੇਮ ਆ ਬਾਈ ਨੰਬਰ 15 ਜੁੜ ਗਿਆ 15 14 ਬੱਬੀ 15 14 ਹੋ ਗਈ 15 ਤੇ 14 ਦੀ ਟੱਕਰ ਹੈ 15 ਨੰਬਰ ਫਰੋਸ਼ਾ ਵੀ ਦੇ 14 ਓ ਹੋ ਹੋ ਵਧਾਈ ਵਾਲਾ ਰੇਕੂ ਬਾਬਾ ਬੱਲੇ ਓਏ ਗੌਰਵ ਬੱਲੇ 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 ਪਰ ਬਾਲ ਆਊਟ ਬਾਲ 14 15 ਚੇਂਜ 14 15 ਫੇਰ ਚੇਂਜ ਬੱਬੀ ਆਊਟ ਬਾਲ 14 ਤੇ 15 ਜੰਗਲੀਆ ਗੁਰਪਿਆਰ ਸਿੰਘ ਸਰਵਿਸ ਕਰ ਗਿਆ ਮੋਟਰਸਾਈਕਲ ਜਿੱਤਿਆ ਚੋਪਰ ਨੇ ਵੱਡਾ ਖਿਡਾਰੀ ਆ ਓਏ 15 15 ਓ 15 15 15 15 ਤਾਲੀ ਮਾਰ ਦੋ ਮੁੰਡੇ ਲਈ ਜੋਰਦਾਰ ਨਾਦਰਾਂ ਨੇ ਕੰਦ ਦੇਖੋ ਭੁੱਖ ਲੈ ਜਾਂਦੀ ਆ ਇਹਨੂੰ ਥੱਲੀ ਬਾਈ ਕਹਿੰਦੇ ਆ ਜਦੋਂ ਆਲ ਇੰਡੀਆ ਖੇਡਣ ਜਾਂਦਾ ਨਾ ਸਿੱਧੂ ਵੀਰੇ ਮੈਚ ਖੇਡੀ ਜਾਂਦਾ ਉਧਰ ਕੁਆਟਰ ਮੈਚ ਖੇਡੀ ਜਾਂਦਾ ਭੈਣੀ ਬਾਈ ਨਾਲ ਮੈਚ ਉਹਨਾਂ ਦਾ ਬਨਹਿਰੀ ਬਾਹਰੀ ਚ 15 15 ਦੀ ਬਰਾਬਰੀ ਆ ਸਾਹਮਣੇ ਹੁਣ ਸੋਲਵੇ ਦੀ ਕਿਵੇਂ ਕੋਸ਼ਿਸ਼ ਕਰਦੇ ਮੁੰਡੇ ਦੋਵੇਂ ਇੱਕੋ ਇਲਾਕੇ ਦੀਆਂ ਕਹਿ ਲਈਏ ਟੀਮਾਂ ਨੇ ਇੱਕ ਪਾਸੇ ਜਿਹੜਾ ਫਰੀਦਕੋਟ ਆ ਜੰਡ ਵਾਲਾ ਤੇ ਫਰੋਸ਼ਾ ਕੋਈ ਬਹੁਤੀ ਸਿੱਧੂ ਬਨਹਿਰੀ ਬਾੜੀ ਸੇਮੀ ਜਾ ਬਾਈ ਲਖਪੁਰ ਦਾ ਇਲਾਕਾ ਪੈਂਦਾ ਬਨਹਿਰੀ ਬਾੜੀ ਸੇਮੀ ਜਾ ਉਧਰ ਮੁੰਡੇ ਸਾਧਕ ਦੇ ਏਰੀਏ ਦੀ ਵੱਡੀ ਟੀਮ ਲੈ ਕੇ ਆਇਆ ਜੰਡ ਵਾਲੀਆ ਏ ਬੱਲੇ 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 ਆਹ ਕਰ ਲਾ ਚੇਂਜ 15 15 ਦੀ ਬਰਾਬਰੀ ਫੇਰ ਚੇਂਜ ਮੰਤਰ ਭੁੱਲ ਜਾਏਗੀ ਦਾਗ ਛੇੜ ਕੇ ਕਾਲਾ ਚੇਂਜ ਆ ਜੀ ਸ਼ਾਲੂ ਸੇਮੀ ਚ ਸਿੱਧੂ ਸੇਮੀ ਚ ਸੱਤਾ ਚ ਬਾਜਪੁਰੀਆ ਸੇਮੀ ਚ ਕੈਲਪਰ ਭਨਹਿਰੀ ਬਾਗੜੀ ਤੇ ਦਵਿੰਦਰ ਬਰਾੜ ਸ਼ਾਲੂ ਭਨਹਿਰੀ ਦਵਿੰਦਰ ਬਰਾੜ ਕਲੱਬ ਸ਼ਾਲੂ ਭਨਹਿਰੀ ਤਿੰਨ ਟੀਮਾਂ ਸੇਮੀ ਚ ਇੱਕ ਇਹਨਾਂ ਦੀ ਜੇਤੂ ਸੇਮੀ ਜਾਵੜਨੀ ਜੱਟਾ ਸ਼ਿਆਮ ਤੂੰ ਤੇ ਧੱਕਾ ਕਰਦਾ ਚੰਦ ਬਾਜੇ ਵਾਲਿਆ ਜੋਰ ਆਪਣੇ ਦੀ ਵੀ ਬਹੁਤ ਆ ਸਵਾਦ ਫੇਰ ਆ ਓਏ ਬਰਾਬਰ ਦੀ ਭੱਜ ਕੇ ਮੋੜੇ ਆਹਾ ਵਾਹ ਜੱਜ ਦੇਖੀ ਉਰੀਸਾ ਚੇਂਜ ਆ ਜੀ 15 15 ਦੀ ਬਰਾਬਰੀ ਫੇਰ ਚੇਂਜ ਸਾਰ ਬੁੱਢੇ ਨੂੰ ਕੀ ਹੋ ਗਿਆ ਓਕੇ ਓਕੇ ਓਏ ਆ ਲੈ ਜਾ ਮੂਵ ਬੁੱਢਾ ਹੀ ਕਰਦਾ ਨਾ ਬੁੱਢੇ ਮੈਂ ਤੇ ਨਹੀਂ ਪਤਾ ਹੈ ਗੌਰਵ ਬੜੇ ਲਿਆਉਂਦੇ ਭਾਲ ਭਾਲ ਭੈਣ ਬੜੇ ਲਿਆਉਂਦੇ ਭਾਲ ਭਾਲ ਕੇ ਮੁੰਡੇ ਸਾਡੇ ਲਾਈਵ ਵਾਲੇ ਹਾਂਜੀ ਬੁੱਢੇ ਠੀਕ ਹੋ ਤੁਸੀਂ ਪਤਲੇ ਪਤਲੇ ਬੁੱਢਾ ਠੀਕ ਠੀਕ ਕੋਈ ਚੱਕਰ ਨਹੀਂ ਇੰਨਾ ਪਰ ਹਿਲਦਾ ਨਹੀਂ ਹੈ ਛੇਤੀ ਤੇਰਾ ਚੱਕ ਕੇ ਇਹ ਮੈਂ ਲਿਆਂਦਾ ਬਠਿੰਡਿਓ 4500 ਦਾ ਉਹ 4500 ਦਾ ਜਿਹੜੇ ਨੀ ਬਠਿੰਡੇ ਬਠਿੰਡੇ ਗੋਲ ਡਿੱਗੀ ਦੇ ਵਿੱਚ ਸ਼ਕਤੀ ਨੀ ਫਿਲਮ ਵਾਲੇ ਕਿਹੜੇ ਹੈਗੇ ਸ਼ਕਤੀ ਫਿਲਮ ਵਾਲੇ ਮਾਰਕੀਟ ਦੇ ਵਿੱਚ ਗੋਲ ਡਿੱਗੀ ਦੇ ਵਾਲੇ ਪਾਸੇ ਸ਼ਿਵ ਸ਼ਕਤੀ ਨਾ ਸ਼ਿਵ ਸ਼ਕਤੀ ਵਾਲੇ ਉਹਨਾਂ ਦਾ ਸ਼ਿਵ ਸ਼ਕਤੀ ਵਾਲੇ ਉਹਨਾਂ ਦਾ ਇਹ ਵੀ ਲਵਪ੍ਰੀਤ ਗਿੱਲ ਵਧੀਆ ਵਧੀਆ ਜੀ ਸਪੌਂਸਰ ਆ ਸਟੈਂਡ ਆਪਣਾ ਸ਼ੇਸ਼ ਦੌਰ ਤੇ ਭੇਜਿਆ ਭਰਾ ਆਪਣੇ ਨੇ
ਸਪਾਂਸਰ ਹੈ ਯੂਐਸਏ ਵਾਲੇ ਓ 15 ਦੀ ਬਰਾਬਰੀ ਓਏ ਉਹਨਾਂ ਜਿਹੜੀ ਨਵੀਂ ਸ਼ਾਪ ਖੋਲੀ ਜੱਜ ਦੇ ਵਾਲ ਮਾਰਦੇ 1000 ਦਿੱਤਾ ਜਾਣਾ ਬੱਬੀ ਉਪਰਾਲਾ 16-15 ਕੋਈ ਬੜਾ ਫਰਕ ਨੀ ਕਰਿਓ ਕਰਿਓ ਸ਼ੇਰ ਖਿੱਚ ਕੇ ਆਲ ਇੰਡੀਆ ਦਾ ਵੱਡਾ ਵੇਲਾ ਭੱਜਿਆ ਆਉਂਦਾ 15-16 ਗੰਭੀਰ ਟੀਮ ਬਣਾਉਂਦਾ ਗੱਲ ਲੱਗਦੀ ਆ ਟਿਕਾਣੇ ਆਓ 15-16 ਦੀ ਟੱਕਰ ਹੁਣ ਬਰਾਬਰੀ ਦਾ ਨੰਬਰ ਨਵਦੀਪ ਨੇ ਬਾਲ ਮਾਰਤੀ ਆ 16-16 ਹੀ ਹੋਇਆ ਨਾ 16-16 ਦੀ ਬਰਾਬਰੀ 16-16 ਦੀ ਬਰਾਬਰੀ ਬਰਾਬਰੀ ਦੀ ਟੱਕਰ 3 ਪੁਆਇੰਟਾਂ ਦੀ ਖੇਡ ਹੁਣ ਬਾਕੀ ਰਹਿ ਗਈ ਆ 3 ਨੰਬਰਾਂ ਦੀ ਖੇਡ 16-16 ਦੀ ਗੌਰਵ ਗੱਲ ਹੁਣ ਬਾਕੀ ਰਹਿ ਗਈ ਆ 16-16 ਨੰਬਰ ਜੇ ਲੱਭਾ ਦੇ ਗੌਰਵ ਟੱਪਾ ਪਾਉਣ ਦੀਪਾ ਕਹਿੰਦਾ 500 ਦੇਵਾਂਗੇ ਭਾਵੇਂ ਲੱਭਾ ਟੱਪਾ ਪਾਵੇ ਜੇ ਮੁੰਨੀਆਂ ਦੀ ਉੰਨੀਆਂ ਦੀ ਲਾਪਰੀ ਦਾ 16-16 ਹੋ ਗਏ ਸਰਵਿਸ ਫਰੋਸ਼ ਆ ਬੀ ਦੀ ਸਾਡਾ ਵੱਡਾ ਭਾਈਆ ਕਿ ਸਾਨੂੰ ਫਕਰ ਦੋਸਤਾਂ ਦੇ ਸਾਡੀ ਹੋਣ ਯਾਰੀ ਨੇ 17-16 17-16 ਯਾਰ ਨਹੀਂ ਜਾਂਦੇ ਪਰ 17-16 ਬਿਲਕੁਲ ਪ੍ਰਵੰਦ ਸਰ ਬਾਈ ਜੱਜ ਦੇ ਦੀ ਆਪਣੇ ਔਰ ਸਾਹਮਣੇ ਦਰ ਨਵੀਂ ਪੱਬੀ ਉਪਰਾਲਾ 17 ਹੁੱਕ ਦੇ 17-16 ਲਾਈਵ ਕੱਟ ਕੇ ਚਲਾ ਦਿੰਦੇ ਆ ਮੈਚ ਤੋਂ ਬਾਅਦ ਬਟ ਇੱਦਾਂ ਦੀ ਕੋਈ ਵੀ ਗੱਲ ਨੀ ਫਰਿਆਦ ਗੁਰਬੀਰ ਸਿੰਘ ਬੁੱਢਾ ਥਾਰ ਥਾਰ ਹੋਈ ਬੜਾ ਅੱਜ ਚੱਲੀ ਜਾਂਦਾ ਤਾਰ ਹੋਦਾ ਗੁਰਦੀਪ ਗਿੱਲ ਮੇਜਰ ਬਰਾੜ ਕਲੱਬ ਦਾ 18-16 ਲੈ ਵੀ ਨੰਬਰ ਲਾਸਟ ਆ ਗਿਆ ਨੰਬਰ ਲਾਸਟ ਆ ਗਿਆ ਐਕਸ਼ਨ ਦਾ ਬੁੱਢਾ ਹੀ ਕਰੂਗਾ ਚੇਂਜ ਹੋਈ ਦਾ ਚਲੂਰ ਵਾਲਾ ਲਓ ਜੀ ਟੀਮ ਫਿਰੋਜ਼ਾ ਬੀ ਸੈਮੀ ਚ ਕੈਰ ਪਰ ਫਿਰੋਜ਼ਾ ਬੀ ਤੇ ਦੋਵੇਂ ਭਨਿਆਰੀ ਦੀਆਂ ਟੀਮਾਂ ਕੈਰ ਪਰ ਫਿਰੋਜ਼ਾ ਬੀ ਤੇ ਦੋਵੇਂ ਭਨਿਆਰੀ ਦੀਆਂ ਟੀਮਾਂ ਸੈਮੀ ਚ